ਬੇਨਤੀ ਕਰ ਰਿਹਾ ਸਾਂ, ਪਰ ਮੁਸਲਮਾਨ ਉਦੋਂ ਤੱਕ ਆਪਣਾ ਵਰਤ ਹੈ ਜਿਸ ਨੂੰ ਰੋਜ਼ਾ ਕਹਿੰਦੇ ਨੇ ਨਹੀਂ ਖੋਲਦੇ ਜਦੋਂ ਤੱਕ ਈਦ ਤੋਂ ਬਾਅਦ ਸ਼ਾਮ ਨੂੰ ਰਾਤ ਹੋਣ ਤੋਂ ਚੰਦਰਮਾ ਵਿਖਾਈ ਨਾ ਦੇਵੇ। ਤੇ ਜਿਉਂ ਹੀ ਚੰਦਰਮਾ ਨਜ਼ਰ ਆਉਂਦਾ ਹੈ ਇੱਕ ਦੂਸਰੇ ਦੇ ਗਲੇ ਲੱਗ ਕੇ ਗਲੇ ਮਿਲਦੇ ਨੇ ਤੇ ਈਦ ਮੁਬਾਰਕ ਦਿੰਦੇ ਨੇ, ਆਹ ਨਾਲੇ ਚੰਦਰਮਾ ਨੂੰ ਆਪਣਾ ਸਿਰ ਝੁਕਾਉਂਦੇ ਨੇ ਔਰ ਨਾਲੇ ਇੱਕ ਦੂਸਰੇ ਨੂੰ ਅੱਛੇ ਤੋਂ ਅੱਛੀਆਂ ਚੀਜ਼ਾਂ ਪੇਸ਼ ਕਰਦੇ ਨੇ, ਭੇਟਾਵਾਂ ਪੇਸ਼ ਕਰਦੇ ਨੇ, ਗਿਫਟ ਪੇਸ਼ ਕਰਦੇ ਨੇ। ਇਉਂ ਕਹਿੰਦੇ ਨੇ ਜਦੋਂ ਕੋਈ ਧਰਮ ਦੀ ਪਰੰਪਰਾ ਤੇ ਕਾਇਮ ਰਹਿੰਦੇ ਆ ਕੁਰਬਾਨ ਹੋ ਜਾਵੇ ਉਸ ਮੌਕੇ ਤੇ ਲੋਕ ਉਹਦਾ ਸਨਮਾਨ ਕਰਦੇ ਨੇ, ਸਤਿਕਾਰ ਕਰਦੇ ਨੇ। ਧਰਮੀ ਮਨੁੱਖ ਦੀ ਇਹੋ ਹੀ ਵੱਡੀ ਪ੍ਰਾਪਤੀ ਹੈ, ਸਰੀਰ ਨੇ ਤਾਂ ਇੱਕ ਦਿਨ ਰਹਿਣਾ ਨਹੀਂ ਪਰ ਆਪਣੇ ਆਦਰਸ਼ਾਂ ਤੇ ਚੱਲਦਿਆਂ ਹੋਇਆਂ ਧਰਮ ਦੀ ਕਦਰ ਤੇ ਕੀਮਤ ਕਾਇਮ ਰੱਖਦਿਆਂ ਹੋਇਆਂ ਜਾਨ ਦੇ ਦੇਣੀ ਉਹਨੂੰ ਧਰਮ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਰੰਚ ਸਮਾਨ ਦੇਹੇ ਕਰ ਚੀਨਾ ਸੀਤ ਦੀਆ ਪਰ ਸਿਰ ਨ ਦੀਨਾ, ਵਿਜੇਤਰ ਨਾਟਕ ਦਸਮ ਗ੍ਰੰਥ। ਦੂਸਰੇ ਪਾਸੇ ਉਹ ਲੋਕ ਨੇ ਜਿਹੜੇ ਧਰਮ ਨੂੰ ਢਾ ਲਾਂਦੇ ਰਹੇ, ਜਿਹੜੇ ਲੋਕਾਂ ਨੂੰ ਧਰਮ ਤੋਂ ਗਿਰਾਂਦੇ ਰਹੇ, ਜੋ ਲੋਕਾਂ ਨੂੰ ਤੱਕ ਦੇ ਨਾਲ ਧਰਮ ਤੋਂ ਭਰਮਾਉਂਦੇ ਰਹੇ, ਭਟਕਾਉਂਦੇ ਰਹੇ, ਦੂਰ ਲੈ ਜਾਂਦੇ ਰਹੇ। ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਧਰਮ ਦੀ ਭਾਵਨਾ ਨਹੀਂ ਸੀ ਮੈਦਾਨੇ ਜੰਗ ਦੇ ਅੰਦਰ ਉਹਨਾਂ ਨੇ ਖਾਕ ਠਹਿਰਨਾ ਸੀ, ਕਫਨ ਬੰਨ ਕੇ ਮੈਦਾਨੇ ਜੰਗ ਵਿੱਚ ਆਉਂਦੇ ਨੇ ਤਾਂ ਹਜ਼ੂਰ ਕਹਿ ਰਹੇ ਨੇ ਕੀ ਕਹਿ ਰਹੇ ਨੇ ਜੀ, ਭਜੰਤ ਆਸੁਰੀ ਸੁਤੰਗ ਆਸੁਰੀ ਅਸੁਰ ਦੈਂਤਾਂ ਦੀਆਂ ਸੁਪਤਨੀਆਂ ਨੂੰ ਕੀ ਕਹਾਂਗੇ ਦੈਂਤਨੀਆਂ, ਜਿਵੇਂ ਸਰਪੰਚ ਦੇ ਨੇ ਤਾਂ ਭਾਵੇਂ ਵੋਟਾਂ ਨਾਲ ਸਰਪੰਚੀ ਜਿੱਤੀ ਪਰ ਉਹਦੀ ਘਰਵਾਲੀ ਨੂੰ ਝੱਟ ਲੋਕ ਕਹਿ ਦਿੰਦੇ ਨੇ ਸਰਪੰਚਣੀ, ਨੰਬਰਦਾਰ ਦੀ ਘਰਵਾਲੀ ਨੂੰ ਨੰਬਰਦਾਰ ਨਹੀਂ ਕਹਿ ਦਿੰਦੇ ਨੇ, ਠੇਕੇਦਾਰ ਦੀ ਪਤਨੀ ਭਾਵੇਂ ਵਿਚਾਰੀ ਕੁਛ ਵੀ ਨਾ ਕਰੇ ਤਾਂ ਫਿਰ ਵੀ ਉਹਨੂੰ ਠੇਕੇਦਾਰ ਨਹੀਂ ਕਹਿ ਦਿੰਦੇ ਨੇ। ਇਸੇ ਹੀ ਤਰ੍ਹਾਂ ਆਸਰੀ ਸੁਤੰਗ ਭਜਨ ਤੇ ਆਸਰੀ ਸੁਤੰਗ ਦੈਂਤਨੀਆਂ ਦੇ ਜਿਹੜੇ ਸਪੁੱਤਰ ਸਨ ਧਰਮ ਦੀ ਭਾਵਨਾ ਤੋਂ ਬਿਨਾਂ ਜਿਹਨਾਂ ਦਾ ਕੰਮ ਸੀ ਸਿਰਫ ਜਾਨ ਬਚਾ ਲੈਣਾ, ਸਿਰਫ ਜਾਨ ਬਚਾਣੀ, ਜਿਨ੍ਹਾਂ ਦਾ ਕਰਮ ਸੀ ਧਰਮ ਤੋਂ ਖਾਲੀ, ਲੋਕ ਮੌਤ ਤੋਂ ਡਰਦੇ ਨੇ, ਜਿਨ੍ਹਾਂ ਦੇ ਅੰਦਰ ਧਰਮ ਹੁੰਦਾ ਹੈ ਉਹ ਮੌਤ ਤੋਂ ਘਬਰਾਉਂਦੇ ਨੇ। ਕਦੇ ਵੀ ਧਰਮੀ ਤੇ ਧਰਮੀ ਦੀ ਫਰਕ ਕਰਨੀ ਹੋਵੇ ਤਾਂ ਇਹੋ ਹੀ ਨਿਸ਼ਾਨੀ ਹੈ ਕਿ ਧਰਮੀ ਮਨੁੱਖ ਮੌਤ ਤੋਂ ਡਰਦਾ ਨਹੀਂ ਤੇ ਧਰਮੀ ਮਨੁੱਖ ਜਿਹੜਾ ਹੈ ਉਹ ਮੌਤ ਦਾ ਸਾਹਮਣਾ ਨਹੀਂ ਕਰਦਾ, ਉਹ ਮੌਤ ਦਾ ਵਕਤ ਆਉਂਦਾ ਹੈ ਤੇ ਡਰਦਾ ਪੈ ਪੀਤ ਹੁੰਦਾ। ਇਉਂ ਦੈਂਤਨੀਆਂ ਦੇ ਸਪੁੱਤਰ ਜਿਹੜੇ ਦੈਂਤ ਸਨ ਉਹ ਭੱਜਣੇ ਸ਼ੁਰੂ ਹੋ ਗਏ, ਉਹ ਦੌੜ ਗਏ, ਉਠੰਤ ਭੈ ਕਰੀ ਤੁਣ ਤੇ ਭੈਕਰੀ ਕਹਿੰਦੇ ਨੇ ਭਿਆਨਕ, ਬੜੀ ਭਿਆਨਕ ਧੁਨ ਉੱਠਦੀ ਹੈ, ਬੜੇ ਭਿਆਨਕ ਆਵਾਜ਼ ਸੁਣਾਈ ਦਿੰਦੇ ਨੇ। ਜੰਗ ਦੇ ਅੰਦਰ ਕੋਈ ਸੁਖ ਸ਼ਾਂਤੀ ਤੇ ਚੈਨ ਵਾਲੀਆਂ ਧੁਨੀਆਂ ਤਾਂ ਨਹੀਂ ਨਾ ਨਿਕਲਦੀਆਂ, ਆ ਕਿਤਨਾ ਸੁੰਦਰ ਕੀਰਤਨ ਗਾਇਨ ਹੋ ਰਿਹਾ ਸੀ ਸਮਾਗਮ, ਜਿਸ ਵਾਸਤੇ ਸਾਰਾ ਕੁਝ ਛੱਡ ਕੇ ਵਾਪਸ ਚਲੇ ਜਾਈਦਾ ਤੇ ਆਪ ਰੋਕਦੇ ਵੀ ਹੋ, ਪਿਆਰ ਨਾਲ ਮਾਣ ਬਖਸ਼ਦੇ ਹੋ, ਵਰਨਾ ਇੱਥੇ ਕੀ ਫਰਕ ਪੈਂਦਾ। ਪਰ ਇਹੋ ਜਿਹੇ ਸੁੰਦਰ ਕੀਰਤਨੀ ਉੱਥੇ ਦਰਸ਼ਨ ਦਿੰਦੇ ਨੇ ਪਿਆਰਲਾ ਖੋ ਸ੍ਰੀ ਵਾਹ ਤੇ ਸਾਲ ਪਰ ਮਿਹਨਤ ਕਰੀ ਦੀ ਏ ਕਿ ਦੁਨੀਆਂ ਨੇ ਅਸਥਾਨ ਤੇ ਆਣਾ ਉਹਨਾਂ ਨੂੰ ਜੀ ਆਇਆ ਕਹਿ ਸਕੀਏ, ਇਸ ਲਈ ਜਿੱਥੇ ਵੀ ਹੋਈਦਾ ਸਮਾਗਮ ਦੇ ਮੌਕੇ ਤੇ ਪਹੁੰਚੀਦਾ ਜਾਈਦਾ ਕਿ ਗੁਣੀਆਂ ਦੀ ਨਜ਼ਰ ਬਣੀ ਰਹੇ, ਗੁਣੀਆਂ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਜਾ ਸਕੇ, ਉਹ ਨਿਵਾਜਦੇ ਰਹਿਣ। ਅਰਜ਼ ਕਰ ਰਿਹਾ ਸਾਂ ਜਿੱਥੇ ਗੁਰੂ ਦੀ ਚਰਨ ਸ਼ਰਨ ਹੋਵੇਗੀ ਉੱਥੇ ਇਹੋ ਜਿਹੀ ਧੁਨੀ ਕੰਨਾਂ ਵਿੱਚ ਸੁਣਾਈ ਦੇਵੇਗੀ, ਇਹ ਆਵਾਜ਼ ਪਵੇਗੀ ਕੰਨਾਂ ਵਿੱਚ ਜਦੋਂ ਅਸੀਂ ਗੁਰਦੁਆਰੇ ਦੇ ਕੋਲ ਦੀ ਵੀ ਭਾਵੇਂ ਲੰਘ ਜਾਈਏ। ਕਈ ਵਾਰੀ ਅਸੀਂ ਗੁਰੂ ਨਾਲ ਵੀ ਨਾਰਾਜ਼ ਹੋ ਜਾਂਦੇ ਹਾਂ, ਲੋਕਾਂ ਨਾਲ ਤੇ ਭਰਾਵਾਂ ਨਾਲ ਤੇ ਨਾਰਾਜ਼ ਹੋ ਜਾਈਦਾ ਪਰ ਮਾਂ ਤੇ ਬਾਪ ਨਾਲ ਵੀ ਰੁੱਸ ਜਾਈਦਾ ਵੀ ਬਾਹਰੋਂ ਹੀ ਚਲੇ ਜਾਈਏ, ਪਿਆਲਾ ਖੋਸ ਬਾਹਰੋਂ ਹੀ ਚਲੇ ਜਾਈਏ, ਮਾਂ ਨੂੰ ਬਾਪ ਬਾਕੀ ਲੋਕਾਂ ਨੂੰ ਮਾਂ ਤੇ ਬਾਪ ਦੇ ਘਰ ਦੇ ਸਾਹਮਣੇ ਉਤਾਰ ਕੇ ਵੀ ਕਈ ਵਾਰੀ ਲੋਕ ਚਲੇ ਜਾਂਦੇ ਨੇ ਵੀ ਜਾਓ ਤੁਸੀਂ ਅੰਦਰ ਮੱਥਾ ਟੇਕ ਆਓ ਮੈਂ ਨਹੀਂ ਜਾਣਾ, ਪਿਆਲਾ ਖੋਸ ਮਾਂ ਬਾਪ ਨਾਲ ਨਾਰਾਜ਼ਗੀ ਨਹੀਂ ਹੁੰਦੀ। ਮਾਂ ਬਾਪ ਦਾ ਹੀ ਇੱਕ ਐਸਾ ਘਰ ਹੁੰਦਾ ਹੈ ਜਿੱਥੇ ਕੋਈ ਤਾਕਤ ਰੋਕ ਨਹੀਂ ਸਕਦੀ। ਹਾਂ ਗੁਰੂ ਦਾ ਦਰ ਤੇ ਘਰ ਐਸਾ, ਗੁਰੂ ਦਾ ਦਰ ਤੇ ਘਰ ਐਸਾ ਹੈ ਜਿੱਥੇ ਕੋਈ ਰੁਕਾਵਟ ਨਹੀਂ ਪਾ ਸਕਦਾ, ਕੋਈ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ। ਪਰ ਕਈ ਵਾਰੀ ਅਸੀਂ ਨਾਰਾਜ਼ ਹੋ ਜਾਂਦੇ ਹਾਂ ਗੁਰੂ ਨਾਲ ਵੀ, ਇੱਥੇ ਨਹੀਂ ਮੱਥਾ ਟੇਕਣਾ, ਪਿਆਲਾ ਖੋਸ ਬੇਨਤੀ ਕੀਤੀ ਜਾ ਰਹੀ ਸੀ। ਫਰਕ ਹੈ, ਅੰਤਰ ਹੈ, ਗੁਰਦੁਆਰੇ ਦੇ ਕੋਲ ਦੀ ਲੰਘਾਂਗੇ ਕੰਨਾਂ ਵਿੱਚ ਸ਼ਬਦ ਪਵੇਗਾ, ਮਿੱਠੀ ਮਿੱਠੀ ਧੁਨੀ ਪਵੇਗੀ, ਬਾਣੀ ਤਾਂ ਮਿੱਠੀ ਹੈ ਅੰਮ੍ਰਿਤ ਹੈ, ਕਿਸੇ ਤਰੀਕੇ ਨਾਲ ਵੀ ਕੰਨਾਂ ਵਿੱਚ ਪਵੇ, ਜੇ ਪਾਠ ਅੰਦਰ ਸੁਣਿਆ ਤਾਂ ਆਨੰਦ ਆ ਰਿਹਾ ਸੀ, ਜੇ ਕੀਰਤਨ ਸੁਣਿਆ ਤਾਂ ਹੋਰ ਆਨੰਦ ਆ ਰਿਹਾ ਸੀ। ਪਿਆਲਾ ਥੋੜੀ ਜਿਹੀ ਹਜ਼ੂਰ ਵਰਣਨ ਕਰ ਰਹੇ ਨੇ ਇੱਥੇ ਕਿ ਉਹ ਭੈਕਰੀ ਭੈਕਰੀ ਧੁਨੰ ਉਠੰਤ ਭੈਕਰੀ ਧੁਨੰ, ਭੈਕਰੀ ਦਾ ਅਰਥ ਹੈ ਭਿਆਨਕ, ਗੁਰੂ ਦੇ ਚਰਨਾਂ ਵਿੱਚ ਆਵਾਂਗੇ ਤਾਂ ਅੰਮ੍ਰਿਤ ਬਾਣੀ ਦੀ ਆਵਾਜ਼ ਆਪ ਕੰਨੀ ਪਵੇਗੀ,
ਅੰਮ੍ਰਿਤ ਬਾਣੀ ਦੇ ਪਾਠ ਦੀ ਆਵਾਜ਼ ਪਵੇਗੀ, ਅੰਮ੍ਰਿਤ ਬਾਣੀ ਦੇ ਵਿਚਾਰ ਦੀ ਆਵਾਜ਼ ਪਵੇਗੀ। ਪਰ ਮੈਦਾਨੇ ਜੰਗ ਵਿੱਚ ਜਾਵਾਂਗੇ, ਮਾਰ ਲਓ, ਪਕੜ ਲਓ, ਜਾਵੇ ਨਾ, ਇਹ ਆਵਾਜ਼ਾਂ ਨਿਕਲਣਗੀਆਂ। ਨਾਲ ਨਾਲ ਕਿਸੇ ਪਾਸੇ ਤੋਪਾਂ ਦੇ ਫਾਇਰ ਹੋਣਗੇ, ਕਿਤੇ ਪਾਸੇ ਬੰਦੂਕਾਂ ਦੀ ਛਲਕਾਂ ਉੱਠਣਗੀਆਂ, ਕਿਸੇ ਪਾਸੇ ਤੀਰ ਜਿਹੜੇ ਨੇ ਉਹ ਚੱਲਣਗੇ। ਇਹਨਾਂ ਸਾਰੀਆਂ ਸ਼ਸਤਰਾਂ ਦੀਆਂ ਵੱਖ ਵੱਖ ਆਵਾਜ਼ਾਂ ਦੇ ਰੂਪ ਵਿੱਚ ਵੀ ਅੱਗੇ ਜਾ ਕੇ ਐਸੇ ਛੰਦ ਵਰਣਨ ਕਰਨਗੇ ਕਿ ਬਿਲਕੁਲ ਜਿਵੇਂ ਤੀਰ ਦੀ ਆਵਾਜ਼ ਨਿਕਲਦੀ ਏ, ਉਸੇ ਤਰੀਕੇ ਦੇ ਨਾਲ ਹਜ਼ੂਰ ਸ਼ਬਦ ਵਰਣਨ ਕਰਨਗੇ, ਸ਼ਬਦ ਲਿਖਣਗੇ, ਜਿਵੇਂ ਤੀਰ ਦੀ ਆਵਾਜ਼ ਏ, ਤੋਪ ਦੀ ਆਵਾਜ਼ ਏ, ਇਸ ਤਰੀਕੇ ਦੇ ਲਫ਼ਜ਼ ਆਪਣੇ ਵਰਣਨ ਕਰਨੇ ਨੇ, ਉਹ ਅੱਗੇ ਜਾ ਕੇ ਸੁਣਨ ਦਾ ਮੌਕਾ ਮਿਲੇਗਾ। ਜਿਹੜੇ ਦੈਂਤਨੀਆਂ ਦੇ ਪੁੱਤਰ ਅਧਰਮੀ ਸਨ, ਦੈਂਤ ਸਨ, ਰਾਕਸ਼ੀ ਸਨ, ਉਹ ਤੇ ਭਜਣੇ ਸ਼ੁਰੂ ਹੋ ਗਏ ਕਿ ਮੈਦਾਨੇ ਜੰਗ ਵਿੱਚੋਂ ਜਦੋਂ ਬੜੀ ਭਿਆਨਕ ਆਵਾਜ਼ ਉੱਠੀ, ਚਰੰਤ ਤੀਛਣੋ ਤਰੰਗ, ਜੰਗ ਮੈਦਾਨੇ ਜੰਗ ਵਿੱਚ ਤਿੱਖੀ ਤਿੱਛੀ ਭਿਆਨਕ ਆਵਾਜ਼ ਜਿਹੜੀ ਸੀ ਉੱਠ ਰਹੀ ਏ, ਚਲੰਤ ਤੀਛਣੋ ਸਰੰਗ, ਤਿੱਖੇ ਤਿੱਖੇ ਤੀਰ ਚੱਲ ਰਹੇ ਨੇ, ਸਿਰਲੇਣ ਉਜਲੀ ਕਿਰਤੰ, ਸਿਰਲੇਣ ਉਜਲ ਉਜਲੀ ਕਿਰਤੰ ਤੇ ਸਿਲੰਗ, ਸੰਜੋਆਂ ਜਿਹੜੀਆਂ ਨੇ ਉਜਲੀ ਉਜਲ ਕੀਤੀਆਂ ਹੋਈਆਂ ਨੇ, ਸ਼ਸਤਰ ਲੱਗ ਲੱਗ ਕੇ ਦੁਸ਼ਮਣਾਂ ਦੇ ਖੂਨ ਡੁੱਲ ਡੁੱਲ ਕੇ, ਸਿਲੇਣ ਸੰਜੋਆਂ ਸ਼ਸਤਰ ਜਿਹੜੇ ਨੇ ਉਹ ਉਜਲ ਕੀਤੇ ਹੋਏ ਨੇ। ਪਾਣੀ ਨਾਲ ਮੂੰਹ ਧੋਈਏ ਤੇ ਸਾਫ਼ ਹੋ ਜਾਂਦਾ ਹੈ, ਜਿਨ੍ਹਾਂ ਸ਼ਸਤਰਾਂ ਦੇ ਮੂੰਹ ਦੁਸ਼ਮਣ ਦੇ ਖੂਨ ਨਾਲ ਧੋਤੇ ਜਾਂਦੇ ਨੇ, ਉਹਨਾਂ ਤੇ ਹੋਰ ਲਿਸ਼ਕਣੇ ਲਿਸ਼ਕਣੇ, ਉਹ ਸ਼ਸਤਰ ਜਿਹੜੇ ਨੇ ਉਹ ਉਹਨਾਂ ਸਲੇਨ ਸ਼ਸਤਰ ਜਿਹੜੇ ਨੇ ਸੰਜੋਆਂ ਆਦਿਕ ਕਿਰਪਾਨ ਆਦਿਕ ਉਹ ਉਹਨਾਂ ਨੇ ਦੁਸ਼ਮਣ ਦੇ ਖੂਨਾਂ ਲੋਹਾਂ ਵਿੱਚ ਖੂਨਾਂ ਵਿੱਚ ਧੋ ਧੋ ਕੇ ਉਹਨਾਂ ਨੂੰ ਉਜਲ ਕ੍ਰਿਤਮ ਕ੍ਰਿਤਾ ਕੀਤਾ ਹੋਇਆ। ਜਿਆਦਾ ਸ਼ਬਦ ਸੰਸਕ੍ਰਿਤ ਦੇ ਵਰਤ ਰਹੇ ਨੇ ਦਸ਼ਮੇਸ਼ ਪਿਤਾ ਜੀ ਜੀ। ਨਚੰਤ ਰੰਗ ਜੋਗਣ, ਜੇ ਕਹਿੰਦੇ ਨੇ ਜੋਗਣੀਆਂ ਜਿਹੜੀਆਂ ਸਨ, ਕੱਲ ਜੋਗਣਾ ਕੱਲ ਮੂਹੀਆਂ ਕਹਿੰਦੇ ਨੇ, ਉਹ ਮੈਦਾਨੀ ਜੰਗ ਦੇ ਅੰਦਰ ਪ੍ਰੇਮ ਦੇ ਨਾਲ ਨੱਚੀ ਜਾ ਰਹੀਆਂ ਨੇ। ਚਚਕ ਚੌਦਣੋ ਪੂਰ ਪੂਰੰ, ਚਚਕ ਚੌਦਣੋ ਪੂਰਕ ਪੂਰੰ, ਚੌਦਾਂ ਪੂਰੀਆਂ, ਚੌਦਣੋ ਦਾ ਅਰਥ ਹੈ ਚੌਦਾਂ, ਪੂਰਨ ਦਾ ਅਰਥ ਹੈ ਪੂਰੀਆਂ, ਚੌਦਾਂ ਪੂਰੀਆਂ, ਕਿਉਂਕਿ ਸੱਤ ਨੀਚੇ ਸੱਤ ਉੱਪਰ, ਸੱਤ ਹੇਠਲੇ ਲੋਕ ਸੱਤ ਉੱਪਰਲੇ ਲੋਕ, ਚੌਦਾਂ ਭਵਨ ਜਿਨ੍ਹਾਂ ਨੂੰ ਕਿਹਾ ਜਾਂਦਾ ਉਹੋ ਹੀ ਮਤਲਬ ਹੈ। ਚੌਦਣੋ ਪੂਰਨ, ਚੌਦਾਂ ਜਿਹੜੇ ਲੋਕ ਨੇ ਨਾ, ਚੌਦਾਂ ਪੁਰੀਆਂ, ਚੌਦਾਂ ਜਿਹੜੇ ਲੋਕ ਨੇ, ਚਟਕ ਦਾ ਅਰਥ ਹੈ ਚਕਰਤ ਹੋ ਗਏ, ਹੈਰਾਨ ਹੋ ਗਏ, ਉਹਨਾਂ ਨੂੰ ਕੋਈ ਸੁਝਦਾ ਨਹੀਂ, ਕੋਈ ਪ੍ਰਤੀਤ ਨਹੀਂ ਹੁੰਦਾ। ਜੰਗ ਕਲਕੀ ਅਵਤਾਰ ਦੀ ਆਉਣ ਵਾਲੇ ਸਮੇਂ ਵਿੱਚ ਇਸ ਧਰਤੀ ਤੇ ਕਰਨਗੇ, ਪਰ ਉਸ ਜੰਗ ਨੂੰ ਦੇਖ ਦੇਖ ਕੇ ਚੌਦਾਂ ਲੋਕ ਚਕਰਤ ਹੋ ਜਾਣਗੇ, ਹੈਰਾਨ ਹੋ ਜਾਣਗੇ। ਕਪੰਤ ਕੁੰਦਨੋ ਗਿਰੰ, ਕਪੰਤ ਕੁੰਦਨੋ ਕੁੰਦਨੋ ਗਿਰੰ, ਕਿਉਂਕਿ ਜੇ ਖਾਲੀ ਆਪਾਂ ਇਹ ਸਮਝ ਲਈਏ ਕਿ ਬਸ ਪਾਦ ਸ਼ੇਦ ਤਾਂ ਕੀਤਾ ਹੀ ਹੋਇਆ, ਆਰਾਮ ਨਾਲ ਪੜ੍ਹ ਲਈਏ ਤੇ ਪਦ ਸ਼ੇਦ ਜਿਵੇਂ ਲਿਖਿਆ ਹੋਇਆ ਜਿਵੇਂ ਪੜਾਂਗੇ ਤਾਂ ਫਿਰ ਅਰਥ ਨਹੀਂ ਹੋਵੇਗਾ, ਨਾ ਸਮਝ ਪਵੇਗੀ ਵੀ ਕੀ ਲਿਖਿਆ ਹੋਇਆ। ਇਸ ਵਾਸਤੇ ਇਸੇ ਲਈ ਪੁਰਾਤਨ ਤਰੀਕਾ ਸੀ, ਗੁਰੂ ਕੇ ਪਿਆਰੇ ਸਿੰਘ ਗੁਰਮੁਖ ਸਿੰਘਾਂ ਪਾਸੋਂ ਬਾਣੀ ਦਾ ਪਾਠ ਕਰਿਆ ਕਰਦੇ ਸਨ, ਪਿਆਲਾ ਸ੍ਰੀ ਵਾ ਬਾਣੀ ਦਾ ਪਾਠ ਕਰਿਆ ਕਰਦੇ ਸਨ। ਅੱਜ ਮੈਂ ਇੱਕ ਨਿਊਜ਼ ਪੇਪਰ ਵਿੱਚ ਇੱਕ ਫੋਟੋ ਦੇ ਕੇ ਆਇਆ ਹਾਂ, ਇੱਕ ਬੜੇ ਤਕੜੇ ਗਾਇਕ ਨੂੰ ਇੱਕ ਸਿੰਘ ਨੇ ਆਪਣਾ ਉਸਤਾਦ ਬਣਾਇਆ, ਹਾਲਾਂਕਿ ਉਹ ਗਾਉਂਦਾ ਗੁੰਦਾ ਹੈ, ਪਰ ਉਹ ਸਮਝਦੇ ਨੇ ਬਿਨਾਂ ਕਿਸੇ ਨੂੰ ਉਸਤਾਦ ਧਾਰਨ ਕੀਤੇ ਤੋਂ ਬਿਨਾਂ ਗੱਲ ਸੰਗੀਤ ਦੀ ਦੁਨੀਆਂ ਵਿੱਚ ਨਾਮ ਨਹੀਂ ਹੋਣਾ, ਨਾਮ ਨਹੀਂ ਬਣਨਾ। ਇਸ ਕਰਕੇ ਉਹਨਾਂ ਨੇ ਆਪਣਾ ਮੁਰਸ਼ਿਦ ਧਾਰਨ ਕੀਤਾ, ਜੀ ਮੈਂ ਤੁਹਾਨੂੰ ਆਪਣਾ ਉਸਤਾਦ ਧਾਰਨ ਕੀਤਾ, ਪਰ ਕਿੱਥੇ ਅਸੀਂ ਹਾਂ? ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਉਹਨਾਂ ਦੀ ਬਾਣੀ ਦਾ ਵਿਚਾਰ, ਅਸੀਂ ਕਹਿੰਦੇ ਹਾਂ ਵੀ ਕਿਸੇ ਨੂੰ ਉਸਤਾਦ ਨਾ ਧਾਰਨ ਕਰੀਏ, ਕਿਸੇ ਪਾਸੋਂ ਸਿੱਖੀਏ ਨਾ, ਆਪਣੇ ਆਪ ਹੀ ਸਮਝੀ ਜਾਈਏ। ਪਿਆਰ ਲੱਖੋ ਸ੍ਰੀ ਗੁਰੂ, ਅੰਗਰੇਜ਼ੀ ਸਿੱਖਣ ਵਾਸਤੇ ਟੀਚਰ ਦੀ ਜ਼ਰੂਰਤ ਹੈ, ਸਕੂਲ ਦੀ ਜ਼ਰੂਰਤ ਹੈ, ਫਾਰਸੀ ਅਰਬੀ ਵਾਸਤੇ ਮਦਰਸੇ ਦੀ ਜ਼ਰੂਰਤ ਹੈ, ਸੰਸਕ੍ਰਿਤ ਪੜ੍ਹਨੀ ਹੈ ਕਾਸ਼ੀ ਜੀ ਦੀ ਜ਼ਰੂਰਤ ਹੈ, ਪੰਡਿਤ ਵਿਦਵਾਨਾਂ ਦੀ ਤੋਂ ਪੜ੍ਹਨ ਦੀ ਜ਼ਰੂਰਤ ਹੈ ਕਿ ਨਹੀਂ? ਕਿਉਂ ਜੀ, ਹੈ ਜ਼ਰੂਰਤ। ਤੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇੰਨੀ ਸਰਲ ਸਮਝਦੇ ਹਾਂ, ਇੰਨੀ ਸੌਖੀ ਸਮਝਦੇ ਹਾਂ ਕਿ ਉਹ ਸਾਨੂੰ ਆਪਣੇ ਆਪ ਹੀ ਪੜ੍ਹਨੀ ਆ ਜਾਵੇ। ਪਿਆਲਾ ਤੇ ਸਾਲਾਂ ਕਾਇਮ ਕਰਨ ਦਾ ਸਰਕਾਰ ਦਾ ਇਹੋ ਹੀ ਮਤਲਬ ਸੀ, ਯੂਨੀਵਰਸਿਟੀਆਂ ਬਣਾ ਦਿੱਤੀਆਂ ਸਨ ਗੁਰਮਤ ਦੀਆਂ, ਉੱਥੇ ਲੋਕ ਜਾਣ ਤੇ ਗੁਰਮਤ ਪੜ੍ਹਨ, ਗੁਰਮਤ ਵਿਚਾਰ ਨੂੰ ਸਮਝਣ। ਬੇਨਤੀ ਕਰ ਰਿਹਾ ਸਾਂ, ਫਿਰ ਪੜ੍ਹੋ। ਕਪੰਤ ਕੁੰਦਨੋ ਗਿਰੰ, ਹੁਣ ਕੁੰਦਨੋ ਕੁੰਦਨੋ ਗਿਰੰ ਕਹਿੰਦੇ ਨੇ, ਕੁੰਦਨ ਸੋਨੇ ਨੂੰ ਕਹਿੰਦੇ ਨੇ, ਬੜੇ ਨਾਮ ਨੇ ਸੋਨੇ ਦੇ, ਹੁਣ ਦੁਨੀਆਂ ਦੀਆਂ 18,000 ਭਾਸ਼ਾਵਾਂ ਵਿੱਚ ਇਹਦੇ ਵੱਖਰੇ ਵੱਖਰੇ ਨਾਮ, 18,000 ਹੋ ਗਏ, ਭਾਰਤੀ ਭਾਸ਼ਾਵਾਂ ਵਿੱਚ ਵੀ ਵੱਖਰੇ ਵੱਖਰੇ ਇਹਨਾਂ ਦੇ ਨਾਮ ਨੇ। ਕੁੰਦਨੰ ਗਿਰੰ ਕਹਿੰਦੇ ਨੇ, ਕੁੰਦਨ ਸੋਨੇ ਦਾ, ਗਿਰੰਗ ਪਹਾੜ, ਕਪੰਤ ਕੰਮ ਦਾ, ਸੋਨੇ ਦਾ ਪਹਾੜ ਕਿਹੜਾ ਭਲਾ? ਸੁਮੇਰ ਪਰਬਤ ਆਪਾਂ ਨੂੰ ਤਾਂ ਮਿਲਿਆ ਹੀ ਨਹੀਂ, ਜਿਸ ਨੂੰ ਮਿਲ ਜਾਵੇ ਤੇ ਉਹ ਸਾਰਾ ਸੋਨਾ ਵੀ ਢੋ ਕੇ ਇੱਥੇ ਹੀ ਭੇਜ ਦੇਵੇ। ਪਹਿਲਾਂ
ਉਹ ਹੈਲੀਕਾਪਟਰ ਵਾਲੇ ਨੂੰ ਮਿਲਿਆ ਹੈ ਕਿ ਨਹੀਂ, ਲੱਭਾ ਹੈ ਕਿ ਨਹੀਂ? ਉਹ ਕਹਿੰਦਾ ਚਲੋ ਬੈਂਕਾਂ ਦੇ ਪੈਸੇ ਹੀ ਕਾਫੀ ਨੇ, ਜੇ ਸੋਨਾ ਕੀ ਕਰਨਾ। ਤੋ ਬੇਨਤੀ ਕਰ ਰਹੇ ਸਾਂ, ਕਪੰਤ ਕੁੰਦ ਨੂੰ ਗਿਰਨ, ਸੋਨੇ ਦਾ ਪਹਾੜ ਸੁਮੇਰ ਪਰਬਤ ਹੈ ਤਾਂ ਸ਼ਿਵਾ ਮਸਤਾਨਾ ਜਾਇ ਦੀਵਾਨਾ ਹੈ, ਭੰਗੀ ਹੈ, ਭੰਗ ਪੀਂਦਾ, ਗਲ ਵਿੱਚ ਆਦਮੀਆਂ ਦੇ ਸਿਰਾਂ ਦੀ ਮਾਲਾ ਪਾਉਂਦਾ। ਉਦੋਂ ਨੇ ਆਪਣੇ ਗਲ ਵਿੱਚ ਸੱਪ ਵੀ ਲਟਕਾ ਲਿੱਤੇ ਨੇ ਤੇ ਆਪਣੇ ਸਰੀਰ ਤੇ ਆਮ ਤੌਰ ਤੇ ਮੜੀਆਂ ਮਸਾਣਾਂ ਵਿੱਚ ਬਹਿੰਦਾ ਹੈ, ਪਰ ਰਹਿੰਦਾ ਹੈ ਉਹ ਸੋਨੇ ਦੇ ਪਹਾੜ ਉੱਪਰ। ਪਿਆਰਲਾ ਰਹਿੰਦਾ ਹੈ ਉਹ ਸੋਨੇ ਦੇ ਪਹਾੜ ਉੱਪਰ, ਬਿਲਕੁਲ ਉਹਨਾਂ ਲੋਕਾਂ ਵਰਗਾ ਜਿਹੜੇ ਲੋਕ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੈਸਾ ਰੱਖ ਕੇ ਨੀ ਮੱਥਾ ਟੇਕਣਾ, ਉਂਝ ਭਾਵੇਂ ਬੀਬੀਆਂ ਦੇ ਸਾਰੇ ਜਮ੍ਹਾਂ ਕਰੀਤੇ ਹੋਏ ਜੇਵਰੀ ਖਾ ਜਾਣ। ਪਿਆਰਲਾ ਉਂਝ ਭਾਵੇਂ ਸਾਰਾ ਕੁਝ ਖਾ ਹੀ ਜਾਣ। ਇੱਕ ਬੜੀ ਸੁੰਦਰ ਕਹਾ ਵਿਚਾਰ ਸੁਣਾਈ ਸੀ ਕ੍ਰਿਚੋ ਵਾਲੇ ਮਹਾਂਪੁਰਸ਼ਾਂ ਦੇ ਵੱਡੇ ਬੇਟੇ ਸਰਦਾਰ ਹਰਬੰਸ ਸਿੰਘ ਜੀ ਸੰਗਤਪੁਰੀ ਜੀ ਨੇ, ਕਿ ਅਫਰੀਕਾ ਵਿੱਚ ਬਾਬਾ ਜੀ ਦੇ ਪਾਸ ਇੱਕ ਮਹਾਂਪੁਰਸ਼ ਇੰਡੀਆ ਤੋਂ ਗਏ, ਉਹਨਾਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਕਿਉਂਕਿ ਜਿਹੜਾ ਮਨੁੱਖ ਧਰਮ ਨੂੰ ਸਮਝਦਾ ਉਹ ਧਰਮੀ ਲੋਕਾਂ ਦਾ ਸਤਿਕਾਰ ਕਰਦਾ ਹੈ। ਜਿਹੜੇ ਲੋਕ ਧਰਮ ਨੂੰ ਨਹੀਂ ਸਮਝਦੇ ਉਹ ਪਹਿ ਦਾਅਵੇ ਕਰਨ ਵੀ ਅਸੀਂ ਧਰਮੀ ਹਾਂ ਜਾਂ ਧਰਮ ਦੇ ਠੇਕੇਦਾਰ ਵੀ ਹਾਂ, ਉਹ ਧਰਮੀ ਲੋਕਾਂ ਦਾ ਸਨਮਾਨ ਤੇ ਸਤਿਕਾਰ ਨਹੀਂ ਕਰਦੇ। ਖਿਆਲ ਖੋ ਸ੍ਰੀ ਵਾਹ, ਬੜੀ ਇੱਜ਼ਤ ਕੀਤੀ, ਬੜਾ ਮਾਨ ਕੀਤਾ, ਬੜੀ ਸੇਵਾ ਕੀਤੀ। ਜਦੋਂ ਉਹਨਾਂ ਨੇ ਤੁਰਨਾ ਸੀ, ਬੜੇ ਪਿਆਰ ਨਾਲ ਉਹਨਾਂ ਨੇ ਆਪਣੇ ਕਮਰੇ ਵਿੱਚ ਇਕਾਂਤ ਪੁੱਛਿਆ, ਤੁਸੀਂ ਮਹਾਂਪੁਰਸ਼ ਹੋ, ਕੋਈ ਸੇਵਾ ਦਾਸ ਲਾਇਕ ਹੋਵੇ, ਸੰਗਤ ਲਾਇਕ ਸੇਵਾ ਹੋਵੇ? ਪਹਿਲਾਂ ਤੇ ਉਹ ਚੁੱਪ ਕਰ ਰਹੇ, ਕਿਉਂਕਿ ਆਖਿਰ ਉਹ ਵੀ ਇੱਕ ਸ਼ਖਸੀਅਤ ਸਨ, ਇੱਕ ਵਿਅਕਤੀ ਸਨ, ਜਿਹਨਾਂ ਨੇ ਬਾਹਰਲੇ ਮੁਲਕਾਂ ਵਿੱਚ ਸਿੱਖੀ ਜਾਂ ਬਹੁਤ ਪ੍ਰਚਾਰ ਦੀ ਸੇਵਾ ਕੀਤੀ, ਖਾਸ ਤੌਰ ਤੇ ਅਫਰੀਕਾ ਵਿੱਚ, ਫਿਰ ਇੱਥੇ ਵੀ। ਪਹਿਲਾਂ ਤੇ ਉਹ ਚੁੱਪ ਕਰ ਰਹੇ ਵੀ ਕੀ ਕਹੀਏ, ਕਹਿਣ ਲੱਗੇ ਨਹੀਂ, ਅਸੀਂ ਪਿਆਰ ਨਾਲ ਖੁਸ਼ੀ ਮਹਿਸੂਸ ਕਰਾਂਗੇ, ਕੋਈ ਸੇਵਾ ਦੱਸੋ। ਤਾਂ ਉਹਨਾਂ ਨੇ ਅੱਗੋਂ ਬੜੇ ਪਿਆਰ ਨਾਲ ਜਵਾਬ ਵਿੱਚ ਆਖਿਆ, ਬਾਬਾ ਜੀ ਨੋਟਾਂ ਨੂੰ ਤੇ ਅਸੀਂ ਹੱਥ ਨਹੀਂ ਲਾਉਂਦੇ, ਦੋ ਚਾਰ ਸੋਨੇ ਦੇ ਕੜੇ ਬਣਵਾ ਦੇ, ਕੁੰਡਲ ਗਿਰੰਗ ਪਹਿਲਾਂ ਖੋ ਸੀ। ਤਾਂ ਸੰਤ ਬਾਬਾ ਪੂਰਨ ਸਿੰਘ ਜੀ ਕ੍ਰਿਚੋ ਵਾਲਿਆਂ ਨੇ ਜਵਾਬ ਵਿੱਚ ਆਖਿਆ, ਗੱਲ ਤੇ ਕੋਈ ਹੈ, ਸਿੱਧਾ ਕਿਉਂ ਨੀ ਕੰਨ ਨੂੰ ਹੱਥ ਲਾਉਂਦੇ? ਜੇ ਇਹ ਨੀ ਕਿਰਨਾ ਯੋਗ ਹੁੰਦੀ ਤੇ ਧੰਨ ਗੁਰੂ ਨਾਨਕ ਸਾਹਿਬ ਆਪਣੇ ਚਰਨਾਂ ਵਿੱਚ ਸਿੱਖਾਂ ਨੂੰ ਭੇਟ ਕਰਨ ਤੋਂ ਰੋਕ ਨਾ ਦਿੰਦੇ? ਪਿਆਰਲਾ ਖੋ। ਆਖਿਰ ਕੋਈ ਮਹਾਂਪੁਰਸ਼ ਜਿਸ ਪਰੰਪਰਾ ਦੀ ਉਲੰਘਣਾ ਕਰਦਾ ਹੈ ਤੇ ਉਹ ਅਸੀਂ ਗੁਰੂ ਨਾਨਕ ਦੇਵ ਜੀ ਨਾਲੋਂ ਜ਼ਿਆਦਾ ਸਿਆਣਾ ਤਾਂ ਨਹੀਂ ਸੀ ਸਮਝ ਸਕਦੇ ਜਾਂ ਜ਼ਿਆਦਾ ਮਹਾਨ ਤਾਂ ਨਹੀਂ ਸਮਝ ਸਕਾਂਗੇ? ਇਹਦੀ ਜ਼ਰੂਰਤ ਸੀ, ਗੁਰੂ ਸਾਹਿਬ ਨੇ ਮਹਿਸੂਸ ਕੀਤਾ। ਤਾਂ ਸਿੱਖਾਂ ਨੂੰ ਇੱਕ ਟੱਕਾ ਜ਼ਿਆਦਾ ਜਿਤਨੀ ਕਿਸੇ ਦੀ ਮਰਜ਼ੀ ਹੈ, ਇੱਕ ਟੱਕਾ ਸ਼ਰਧਾ ਤੇ ਵਿਸ਼ਵਾਸ ਨਾਲ ਕੋਈ ਭੇਟ ਕਰੇ, ਇਹ ਗੁਰੂ ਵੱਲੋਂ ਹੁਕਮ ਸੀ, ਇਹੋ ਹੀ ਮਰਿਆਦਾ ਸਹਿਜੇ ਤੌਰ ਤੇ ਚੱਲੀ ਆ ਰਹੀ ਹੈ। ਤਾਂ ਸੰਤ ਬਾਬਾ ਪੂਰਨ ਸਿੰਘ ਜੀ ਕ੍ਰਿਚੋ ਵਾਲੇ ਕਹਿਣ ਲੱਗੇ, ਮਹਾਂਪੁਰਸ਼ੋ ਉੱਥੇ ਜੋ ਕਸਟਮ ਵਾਲਿਆਂ ਦੇ ਨਾਲ ਫਿਰ ਕੋਈ ਅਟਾ ਥਟਾ ਲਾਓਗੇ, ਸਿੱਧੀ ਮਾਇਆ ਹੀ ਕਿਉਂ ਨਹੀਂ ਲੈ ਜਾਂਦੇ? ਸੋਨਾ ਵੀ ਤਾਂ ਪੈਸੇ ਨਾਲ ਹੀ ਆਉਣਾ ਹੈ। ਪਿਆਰਲਾ ਖੋ ਸੇਵਾ, ਗੁਰੂ ਘਰ ਦੇ ਅੰਦਰ ਨਾ ਮਾਇਆ ਦੀ ਪ੍ਰਗ੍ਰਹਿਣਤਾ ਹੈ, ਨਾ ਮਾਇਆ ਦਾ ਤਿਆਗ ਹੈ। ਕਹੋ ਕਬੀਰ ਜਿਸ ਉਤਰ ਤਿਸ ਮਾਇਆ, ਤਬ ਛੂਟੇ ਜਬ ਸਾਧੂ ਪਾਇਆ ਪੈਰੋ। ਕਬੀਰ ਜੀ, ਸਾਰੀ ਦੁਨੀਆਂ ਵਿੱਚ ਏਡੇ ਏਡੇ ਵੱਡੇ ਵੱਡੇ ਆਡੰਬਰ ਮਾਇਆ ਤੋਂ ਬਿਨਾਂ ਪਲਾ ਹੁੰਦੇ ਨੇ? ਪਿਆਲਾ ਖੋ ਸ੍ਰੀ ਵਾ, ਐਸੀ ਬਾਤ ਨਹੀਂ। ਫਿਰ ਪੜ੍ਹਨਾ ਇਹ ਵਿਚਾਰ, ਫਿਰ ਪੜ੍ਹਨਾ ਸਮਝਣਾ। ਹਾਂ, ਸ਼ਿਵਾ ਭਾਵੇਂ ਰਹਿੰਦਾ ਸ਼ਮਸ਼ਾਨ ਘਾਟ ਤੇ ਹੈ, ਗਲ ਵਿੱਚ ਉਹ ਆਪਣੇ ਪਾਉਂਦਾ ਸੱਪ, ਪਰ ਰਹਿੰਦਾ ਹੈ ਸੋਨੇ ਦੇ ਸੁਮੇਰ ਪਰਬਤ ਤੇ। ਕਹਿੰਦੇ ਨੇ ਉਹ ਸੋਨੇ ਦਾ ਕੁੰਦਨ ਗਿਰਨ, ਸੋਨੇ ਦਾ ਜੋ ਸੁਮੇਰ ਪਰਬਤ ਹੈ, ਗਿਰਨ ਪਹਾੜ, ਕੁੰਦਨ ਸੋਨੇ ਦਾ ਪਹਾੜ, ਕਪੰਤ ਕੰਬਦਾ ਹੈ। ਉਸ ਮੌਕੇ ਤੇ ਕਲਕੀ ਅਵਤਾਰ ਜਦੋਂ ਜੰਗ ਕਰਨਗੇ, ਯੁੱਧ ਹੋਵੇਗਾ, ਸੁਮੇਰ ਪਰਬਤ ਵੀ ਕੰਬੇਗਾ, ਸੰਤ ਸਰਬਤੋ ਦ੍ਰਸੰ, ਤੇ ਸਾਰੀਆਂ ਦਿਸਣ ਦਿਸ਼ਾਵਾਂ, ਸਰਬਤੋ ਸਾਰੀਆਂ ਦਿਸ਼ਾਵਾਂ, ਜਿਤਨੀਆਂ ਵੀ ਦਿਸ਼ਾਵਾਂ ਨੇ, ਜਿੱਤ ਚੌਦਾਂ ਜਿਵੇਂ ਚਾਰ ਦਿਸ਼ਾਵਾਂ ਜਾਂ ਦਸ ਦਿਸ਼ਾਵਾਂ ਮੰਨੀਆਂ ਜਾਂਦੀਆਂ ਨੇ, ਦਸ ਦਿਸ਼ਾਵਾਂ ਸਾਰੀਆਂ ਦਿਸ਼ਾਵਾਂ ਜਿਹੜੀਆਂ ਨੇ ਤਰਸੰਤ, ਦਸ ਸਾਰੀਆਂ ਦਿਸ਼ਾਵਾਂ ਦੇ ਜੀਵ ਤਰਸੰਤ ਡਰਨਗੇ, ਕੰਬਣਗੇ, ਜਦੋਂ ਸੁਮੇਰ ਪਰਬਤ ਹੀ ਕੰਬੇਗਾ, ਧਰਤੀ ਕੰਬੇਗੀ, ਅਸਮਾਨ ਜਿਹੜਾ ਹੈ ਉਹ ਡਿੰਗਾ ਟੇਢਾ ਹੋਵੇਗਾ, ਤੇ ਲੋਕ ਤਾਂ ਆਪਣੇ ਆਪ ਹੀ ਕੰਬਣਗੇ। ਇਹੋ ਸਾਰੀਆਂ ਦਿਸ਼ਾਵਾਂ ਦੇ ਲੋਕ ਤੇ ਸੰਤ ਕੰਬਣਗੇ, ਡਰਨਗੇ। ਨਚੰਤ ਵੀਰ ਬਾਵਣ, ਤੇ 52 ਜਿਹੜੇ ਵੀਰ ਨੇ, ਕਹਿੰਦੇ ਨੇ ਉਹ 52 ਵੀਰ ਜਿਹੜੇ ਨੇ, ਸਕੰਦ ਪੁਰਾਣ ਦੇ ਖਿਆਲ ਮੁਤਾਬਕ 52 ਵੀਰ ਨੇ, ਉਹਨਾਂ ਵਿੱਚ ਇੱਕ ਟੰਕੀ ਦਾ ਨਾਮ ਕਰਕੇ ਵੀ ਮਿਲਦੇ ਨੇ, ਹਨੂਮਾਨ ਵੀ ਉਹਨਾਂ ਵੀਰਾਂ ਵਿੱਚੋਂ, ਮਹਾਵੀਰ ਵੀ ਉਹਨਾਂ ਵੀਰਾਂ ਵਿੱਚ ਗਿਣਿਆ ਜਾਂਦਾ ਹੈ। ਕਹਿੰਦੇ ਨੇ ਉਹ 52 ਵੀਰ ਜਿਹੜੇ ਨੇ, ਬਾਮਣ ਦਾ ਅਰਥ ਹੈ 52, ਕਹਿੰਦੇ ਨੇ 52 ਵੀਰ ਨੱਚਣਗੇ
ਖਾਂਤ ਬਾਹਣੀ ਤੁਜੰਗ ਇਹ ਫੌਜਾਂ ਬਾਹਣੀ ਫੌਜਾਂ ਦੀਆਂ ਜਿਹੜੀਆਂ ਤੁਜਾਵਾਂ ਨਿਸ਼ਾਨ ਨੇ ਉਹ ਇੱਕ ਦੂਸਰੇ ਦੇ ਨਾਲ ਕਹਿਣਗੇ ਉੱਚੇ ਉੱਚੇ ਨਿਸ਼ਾਨ ਹੋਣਗੇ ਔਰ ਇੱਕ ਦੂਸਰੇ ਦੇ ਨਾਲ ਉਹ ਨਿਸ਼ਾਨ ਕਹਿਣਗੇ ਬਰੰਤ ਅਚਰਣ ਅਚਰਣੋ ਪਟੰਗ ਆ ਪੱਛਰਾਵਾਂ ਜਿਹੜੀਆਂ ਨੇ ਉਹ ਪਟੰਗ ਸੂਰ ਵੀਰਾਂ ਦੇ ਤਾਂ ਹੀ ਬਰੰਤ ਵਰਨ ਗੀਆਂ ਪਰਵੀਨ ਚੀਨ ਸੋ ਪ੍ਰਭੰਗ ਇਹ ਕਹਿੰਦੇ ਨੇ ਜਿਹੜੇ ਪ੍ਰਵੀਨ ਲਾਇਕ ਹੋਣਗੇ ਬੁੱਧੂ ਪੱਲੇ ਪੈਣ ਵਾਲੀ ਬਾਤ ਨਾ ਹੋਵੇ ਕਹਿੰਦੇ ਨੇ ਪ੍ਰਵੀਨ ਸਿਆਣੇ ਜਿਹੜੇ ਚਾਤਰ ਹੋਣਗੇ ਤੇ ਉਹ ਸ੍ਰੇਸ਼ਟ ਪ੍ਰਭੰਗ ਸੁਭਾਅ ਵਾਲੇ ਚੀਨ ਜਾਣ ਕੇ ਐਸੇ ਸੂਰਬੀਰ ਬਹਾਦਰ ਜਿਹੜੇ ਸੁੰਦਰ ਵੀ ਦੇਖਣ ਨੂੰ ਹੋਣਗੇ ਔਰ ਜਿਹੜੇ ਪ੍ਰਵੀਨ ਚਾਤਰ ਵੀ ਲਾਇਕ ਵੀ ਹੋਣਗੇ ਉਹਨਾਂ ਨੂੰ ਅਪਛਰਾਵਾਂ ਵਰਨਗੀਆਂ ਬਕੰਤ ਡੌਰ ਡਾਮਰੀ ਇਹ ਕਹਿੰਦੇ ਨੇ ਡੌਰ ਜਿਵੇਂ ਕਈ ਵਾਰੀ ਆਦਮੀ ਡੌਰ ਭੌਰਾ ਕਹਿ ਦਿੰਦੇ ਨੇ ਪੰਜਾਬੀ ਵਿੱਚ ਡੌਰ ਭੌਰਾ ਤੇ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਐਸੇ ਤਰੀਕੇ ਦੇ ਨਾਲ ਮੈਦਾਨੀ ਜੰਗ ਦੇ ਅੰਦਰ ਭੂਤ ਪ੍ਰੇਤ ਜਾਂ ਆਦਮੀ ਜ਼ਖਮੀ ਹੋ ਕੇ ਡੌਰ ਭੌਰੇ ਹੋ ਕੇ ਬੋਲਦੇ ਨੇ ਡਾਮਰੀ ਉਹ ਲਫ਼ਜ਼ ਬੋਲਦੇ ਨੇ ਜਿਹੜੇ ਸਮਝ ਗੋਚਰੇ ਨਾ ਹੋਣ ਜਿਨ੍ਹਾਂ ਦੀ ਕੋਈ ਸਮਝ ਨਾ ਆਵੇ ਜਿਨ੍ਹਾਂ ਵਿੱਚੋਂ ਕੋਈ ਮਤਲਬ ਨਾ ਨਿਕਲੇ ਬਹੁਤੇ ਜ਼ਖਮੀ ਹੋਏ ਹੋਏ ਲੋਕ ਡਿੱਗਦੇ ਡੌਰ ਭੌਰੇ ਹੋ ਕੇ ਬਕੰਤ ਬੋਲਦੇ ਨੇ ਅਨੰਤ ਤਤਰਨੋ ਰਸੰਗ ਤੇ ਅਨੰਤ ਬੇਅੰਤੀ ਤੰਤਰਨ ਨੂੰ ਜਿਹੜੇ ਤਾਂਤਰਿਕ ਨੇ ਲੋਕਾਂ ਨੂੰ ਮੂਰਸ਼ਿਤ ਕਰਨ ਵਾਲੇ ਤਾਂਤਰ ਕਰਨ ਵਾਲੇ ਪਿਆਰ ਨਾਲ ਸ੍ਰੀ ਵਾਸ ਕਹਿੰਦੇ ਨੇ ਤਾਂਤਰਿਕ ਤਾਂਤਰੀ ਤੰਤਰ ਪਾ ਕੇ ਲੋਕਾਂ ਨੂੰ ਮੋਹਿਤ ਕਰਨ ਵਾਲੇ ਜਿਹੜੇ ਦਿਨ ਦਿਨ ਦੀਵੀ ਲੋਕਾਂ ਨੂੰ ਲੁੱਟ ਲੈਂਦੇ ਨੇ ਪਿਆਰ ਨਾਲ ਸ੍ਰੀ ਵਾਸ ਕਹਿੰਦੇ ਨੇ ਦਿਨ ਦੀਵੀ ਲੁੱਟ ਲੈਂਦੇ ਨੇ ਦਿਨ ਦੀਵੀ ਲੁੱਟ ਰਹਿੰਦੇ ਨੇ ਜਿਸ ਵੇਲੇ ਭਾਈ ਸੁੱਖਾ ਸਿੰਘ ਜੀ ਨੇ ਭਾਈ ਮਹਿਤਾਬ ਸਿੰਘ ਜੀ ਨੇ ਮੱਸੇ ਰੰਗੜ ਦਾ ਸਿਰ ਕੱਟ ਕੇ ਬੀਕਾਨੇਰ ਦੇ ਟਿੱਬਿਆਂ ਬੁੱਢਾ ਜੌਹਰ ਪਹੁੰਚਾ ਦਿੱਤਾ ਤੇ ਉਹਦੀ ਪਤਨੀ ਨੇ ਜਾ ਕੇ ਜ਼ਿਕਰੀਆ ਖਾਨ ਬਹਾਦਰ ਦੇ ਪਾਸ ਫਰਿਆਦ ਕੀਤੀ ਅਖੇ ਮੈਨੂੰ ਲੁੱਟਿਆ ਨਿਹੰਗਾ ਅਕਾਲੀਆਂ ਮੈਨੂੰ ਲੁੱਟਿਆ ਨਿਹੰਗਾ ਅਕਾਲੀਆਂ ਕਹਿੰਦੇ ਨੇ ਦਿਨ ਦੀਵੀ ਸਿਖਰ ਦੁਪਹਿਰੇ ਕਿਉਂਕਿ ਉਹ ਬਹੁਤ ਦੁਪਹਿਰ ਦਾ ਮੌਕਾ ਸੀ 12 ਵਜੇ ਤੋਂ ਬਾਅਦ ਦੁਪਹਿਰ ਦਾ ਮੌਕਾ ਕਿ ਮੈਨੂੰ ਸਿਖਰ ਦੁਪਹਿਰੇ ਲੁੱਟਿਆ ਨਿਹੰਗਾ ਅਕਾਲੀਆਂ ਮੈਨੂੰ ਤੇ ਦਿਨ ਦੀਵੀ ਚਿੱਟੇ ਦਿਨ ਨਿਹੰਗਾਂ ਨੇ ਸੂਰਬੀਰਾਂ ਨੇ ਅਕਾਲੀਆਂ ਨੇ ਮੈਨੂੰ ਲੁੱਟ ਲੀਤਾ ਹੈ ਮੇਰਾ ਜਿਹੜਾ ਇੱਜ਼ਤ ਪਦ ਸੀ ਮੇਰੇ ਸਿਰ ਦਾ ਜੋ ਸਾਈ ਸੀ ਉਹਨਾਂ ਨੇ 2 ਟੁਕੜੇ ਦਿਨ ਦੀਵੀ ਕੀਤਾ ਔਰ ਤੇਰੀਆਂ ਫੌਜਾਂ ਦੇ ਪਹਿਰੇ ਵਿੱਚ ਕੀਤਾ ਹੈ ਕਿਉਂਕਿ ਇਹੋ ਜਿਹੇ ਲੋਕ ਫੌਜਾਂ ਦੇ ਪਹਿਰੇ ਵਿੱਚ ਹੀ ਕੱਟੇ ਜਾਂਦੇ ਨੇ ਪਿਆਲਾ ਖੋ ਸ੍ਰੀ ਵਾਸ ਇਸ ਵਾਸਤੇ ਕਹਿੰਦੇ ਉਹਨੇ ਫਰਿਆਦ ਕੀਤੀ ਇੱਥੇ ਵੀ ਉਹੀ ਵਿਚਾਰ ਕਹਿ ਰਹੇ ਨੇ ਅਨੰਦ ਤੰਤਰਨ ਰਿਸਨ ਬੇਅੰਤ ਤਾਂਤਰਿਕ ਜਿਹੜੇ ਸਨ ਇਸ ਮੌਕੇ ਤੇ ਆਏ ਹੋਏ ਇੱਕ ਦੂਸਰੇ ਦਲ ਦੇ ਅੰਦਰ ਦੁਸ਼ਮਣਾਂ ਤੇ ਜੰਤਰ ਮੰਤਰ ਕਰਕੇ ਉਹਨਾਂ ਨੂੰ ਸ਼ਿਕਸਤ ਦੇਣ ਵਾਲੇ ਕਹਿੰਦੇ ਰਿਸਨ ਉਹ ਵੀ ਗੁੱਸੇ ਸਹਿਤ ਹੋਣਗੇ ਉਹਨਾਂ ਨੂੰ ਵੀ ਅਤਿਅੰਤ ਗੁੱਸਾ ਆਵੇਗਾ ਸੰਤ ਜਾਚ ਗੰਧਰਬੰ ਜਾਚ ਤੇ ਗੰਧਰਬ ਦੇਵ ਇੰਦਰਪੁਰੀ ਦੇ ਰਾਗੀ ਇੰਦਰ ਦੇ ਦਰਬਾਰ ਵਿੱਚ ਗਾਇਨ ਕਰਨ ਵਾਲੇ ਜੱਚ ਕੁਬੇਰ ਦੇ ਦਰਬਾਰ ਵਿੱਚ ਨ੍ਰਿਤ ਕਰਨ ਵਾਲੇ ਪਿੱਛੇ ਆਰੰਭ ਵਿੱਚ ਉਹਨਾਂ ਦੇ ਸੰਬੰਧ ਵਿੱਚ ਵਿਸਤਾਰ ਨਾਲ ਅਰਜ਼ ਕੀਤੀ ਗਈ ਹੈ ਉਹ ਕਹਿੰਦੇ ਨੇ ਉਹ ਵੀ ਹੱਸਦੇ ਨੇ ਪਿਸਾਚ ਭੂਤ ਪ੍ਰੇਤਨ ਪਿਸਾਚ ਮਾਸ ਖਾਣ ਵਾਲੇ ਜੀਵ ਭੂਤ ਪ੍ਰੇਤਨ ਪ੍ਰੇਤ ਇਹ ਸਾਰੇ ਖੁਸ਼ ਨੇ ਨੱਚ ਰਹੇ ਨੇ ਹੱਸ ਰਹੇ ਨੇ ਭਰੰਤ ਚੁੱਚ ਚਾਵੜੀ ਚਾਵੜੀ ਕਹਿੰਦੀ ਹੈ ਇਲ ਜਿਹੜੀ ਹੈ ਉਹ ਸੂਰ ਵੀਰਾਂ ਦੇ ਮਾਸ ਤੇ ਖੂਨ ਦੇ ਨਾਲ ਆਪਣੀ ਚੁੱਚ ਚੁੰਝ ਨੂੰ ਭਰੰਤ ਭਰ ਰਹੀ ਹੈ ਮਾਸ ਦੀ ਲੈ ਕੇ ਸੂਰ ਵੀਰਾਂ ਦਾ ਸੰਤ ਫਿਕਰਣੀ ਤਨੰ ਤੇ ਕਹਿੰਦੇ ਨੇ ਫਿਕਰਣੀ ਤਨੰ ਫਿਕਰਣੀ ਗਿੱਦੜੀ ਮੈਦਾਨੀ ਜੰਗ ਦੇ ਅੰਦਰ ਆਦਮੀਆਂ ਦਾ ਮਾਸ ਦੇ ਕੇ ਉਹਨਾਂ ਆਦਮੀ ਦੀ ਆਵਾਜ਼ ਸੁਣ ਕੇ ਜਿਹੜੀਆਂ ਗਿੱਦੜੀਆਂ ਦੂਰ ਦੌੜਨ ਵਾਲੀਆਂ ਸਨ ਉਹ ਕਈ ਕਰਦੀਆਂ ਨੇ ਪਛੰਤ ਫਿਕਰਣੀ ਤਨੰ ਸੂਰ ਵੀਰਾਂ ਦੇ ਤਨੰ ਸਰੀਰਾਂ ਨੂੰ ਫਿਕਰਣੀ ਗਿੱਦੜੀਆਂ ਪਛੰਦ ਖਾਈ ਜਾਂਦੀਆਂ ਨੇ ਪਿਓਰ ਸੰਸਕ੍ਰਿਤ ਵਰਣਨ ਕਰ ਰਹੇ ਨੇ ਪਿਆਰ ਨਾਲ ਸ੍ਰੀ ਵਾਹ ਜੀ ਹਾਂ ਡਕੰਤ ਡਾਕਣੀ ਡੁਲੰਗ ਡਕੰਤ ਡਾਕਣੀ ਡੁਲੰਗ ਕਹਿੰਦੇ ਨੇ ਡਾਕਣੀ ਡੈਣਾ ਡਹਿਣਾ ਕਹਿੰਦੇ ਨੇ ਕਈ ਵਾਰੀ ਬੇਸਮਝਤਾ ਦੇ ਵਸ ਕਈ ਵਾਰੀ ਕਈ ਬਜ਼ੁਰਗ ਮਾਤਾਵਾਂ ਐਸਾ ਲਫ਼ਜ਼ ਆਪਣੀਆਂ ਨੂੰਹਾਂ ਨੂੰ ਵੀ ਕਹਿ ਦਿੰਦੀਆਂ ਨੇ ਪਿਆਰ ਨਾਲ ਸ੍ਰੀ ਵਾਹ ਕਿਤੇ ਵਿਆਹ ਤੋਂ ਥੋੜੇ ਦਿਨ ਬਾਅਦ ਪਤੀ ਦੀ ਮੌਤ ਹੋ ਜਾਵੇ ਤੇ ਸੱਸ ਉਲਾਂਭੇ ਤੇ ਗਿਲੇ ਦੇ ਕੇ ਆਪਣੇ ਮਨ ਨੂੰ ਠੰਡਿਆ ਕਰਦੀ ਹੈ ਨਹੀਂ ਡਹਿਣੇ ਤੂੰ ਤਾਂ ਮੇਰਾ ਪੁੱਤਰ ਖਾ ਲਿਆ ਪਰ ਉਹ ਇਹ ਗੱਲ ਭੁੱਲ ਜਾਂਦੀ ਹੈ ਕਿ ਕਿਹੜੀ ਸੁਹਾਗਣ ਇਹ ਚਾਹੁੰਦੀ ਹੈ ਕਿ ਸੁਹਾਗਣ ਤੋਂ ਬਾਅਦ ਉਹ ਵਿਧਵਾ ਹੋ ਜਾਵੇ ਪਰ ਕਈ ਵਾਰੀ ਸਮਾਜਿਕ ਬੇਸਮਝਤਾ ਕਾਰਨ ਐਸੇ ਲਫ਼ਜ਼ ਲੋਕ ਕਹਿ ਦਿੰਦੇ ਨੇ ਡਾਕਣੀ ਡੈਣ ਨੂੰ ਕਹਿੰਦੇ ਨੇ ਡਕੰਤ ਡਾਕਣੀ ਡੁਲੰਗ ਕਹਿੰਦੇ ਨੇ ਡਾਕਣੀ ਡੈਣਾ ਡਕੰਤ ਡਕੀਆਂ ਹੋਈਆਂ ਰੱਜੀਆਂ ਹੋਈਆਂ ਫਿਰ ਪੜ੍ਹਨਾ
ਡਕੰਤ ਡਾਕ ਡੁਲਣ ਕਹਿੰਦੇ ਨੇ ਡਕੰਤ ਡਾਕਣੀ ਡੁਲਣ ਡਾਕਣੀਆਂ ਡਹਿਣਾ ਡਕ ਗਈਆਂ ਰੱਜ ਗਈਆਂ ਰੱਜ ਕੇ ਸ਼ਹੀਦਾਂ ਦੇ ਮਾਸ ਦੇ ਨਾਲ ਡੁਲਣ ਮਸਤ ਹੋ ਕੇ ਡੋਲਦੀਆਂ ਫਿਰਦੀਆਂ ਜਿਵੇਂ ਪੱਬਾਂ ਚੋਂ ਨਿਕਲਣ ਵਾਲੇ ਆਮ ਲੋਕ ਡੋਲਦੇ ਨੇ ਇਵੇਂ ਜੀ ਆ ਪ੍ਰੰਤ ਪੱਤਰ ਸੁਣਨ ਤੰ ਜੇ ਆਪਣੇ ਆਪਣੇ ਪੱਤਰ ਜਿਹੜੇ ਨੇ ਖੱਪਰ ਜਿਹੜੇ ਨੇ ਉਹ ਸੂਰਬੀਰਾਂ ਦੇ ਸਰੋਣ ਤੰ ਖੂਨ ਦੇ ਨਾਲ ਭਰ ਭਰ ਕੇ ਮੌਜ ਨਾਲ ਤੁਰੀਆਂ ਜਾਂਦੀਆਂ ਨੇ ਨਾਲੇ ਜਿਵੇਂ ਦੇਵਤ ਪਾਈ ਹੋਈ ਅੱਧੀ ਕੁ ਪੀਤੀ ਹੁੰਦੀ ਹੈ ਅੱਧੀ ਕੁ ਦੇ ਕੇ ਚੂਹਦੇ ਜਾਂਦੇ ਨੇ ਹਾਂ ਬਈ ਜੇ ਹੋਰ ਹੈ ਘਰ ਤੱਕ ਪਹੁੰਚਣ ਤੱਕ ਬਿਲਕੁਲ ਕੰਮ ਪੂਰਾ ਹੋ ਜਾਵੇਗਾ ਜੀ ਆ ਪੰਤ ਯਾਸਵੰਗ ਸੁਭੰਗ ਯਾਸਵੰਗ ਦਾ ਅਰਥ ਹੈ ਯਸ਼ ਜਈਏ ਨਾਲ ਪੰਜਾਬ ਦੇ ਲੋਕ ਜਸ ਕਹਿੰਦੇ ਨੇ ਜੱਜੇ ਦੇ ਨਾਲ ਕਹਿੰਦੇ ਨੇ ਸੰਸਕ੍ਰਿਤ ਵਾਲੇ ਜਈਆ ਜ਼ਿਆਦਾ ਵਰਤਦੇ ਨੇ ਇੱਥੇ ਕਹਿ ਰਹੇ ਨੇ ਪਿਪੰਤ ਯਾਸਵੰਗ ਸੁਭੰਗ ਜਿਸ ਦੇਵੀ ਦਾ ਸੁਭੰਗ ਸ੍ਰੇਸ਼ਟ ਯਾਸਵੰਗ ਜਸ ਹੈ ਸ੍ਰੇਸ਼ਟ ਜਸ ਵਾਲੀ ਜੋ ਦੇਵੀ ਹੈ ਉਹ ਸੂਰ ਬੀਰਾਂ ਦੇ ਖੂਨ ਦੇ ਤਾਈ ਪਿਪੰਤ ਪੀ ਜਾਂਦੀ ਏ ਕਾਲੀ ਕਾਲੀ ਖੱਪਰ ਵਾਲੀ ਜਿਹੜੀ ਏ ਸ੍ਰੇਸ਼ਟ ਜਸ ਵਾਲੀ ਉਹ ਸੂਰ ਬੀਰਾਂ ਦਾ ਆਪਣੇ ਖੱਪਰ ਭਰ ਭਰ ਕੇ ਖੂਨ ਪੀ ਜਾਂਦੀ ਏ ਤੇ ਅੱਗੇ ਪੜੋ ਹਸੰਤ ਰਾਜਨੀ ਮੜੰ ਨਹੀਂ ਹਸੰਤ ਮਾਰਦਨੀ ਮਿਰਨ ਪਿਆਰ ਨਾਲ ਆਖੋ ਸ੍ਰੀ ਵਾਲ ਮਾਰਦਨੀ ਮਹਿਲ ਦੇ ਤਾਈ ਸਾਫ਼ ਕਰਨ ਵਾਲੀ ਮਾਰਦਨੀ ਉਜਲ ਕਰਨ ਵਾਲੀ ਦੋਸ਼ਾਂ ਦੀ ਮਹਿਲ ਤੋਂ ਉਜਲ ਕਰਨ ਵਾਲੀ ਜੋ ਦੇਵੀ ਹੈ ਉਹ ਹਸੰਤ ਹੱਸ ਰਹੀ ਹੈ ਜੋ ਆਪਣੇ ਪਿਆਰਿਆਂ ਨੂੰ ਆ ਦੋਸ਼ਾਂ ਤੋਂ ਕਲੰਕਾਂ ਤੋਂ ਮਾਰਦਨੀ ਉਜਲ ਕਰਨ ਵਾਲੀ ਸਾਫ਼ ਕਰਨ ਵਾਲੀ ਦੇਵੀ ਹੈ ਉਹ ਹੱਸ ਰਹੀ ਹੈ ਮਿਰਣਨ ਪਾਰਵਤੀ ਸ਼ੰਕਰ ਦੀ ਪਤਨੀ ਨੂੰ ਮਿਰਣਨ ਸ਼ਬਦ ਨਾਲ ਕਿਹਾ ਜਾਂਦਾ ਹੈ ਤੇ ਮਿਰਣਨ ਨੂੰ ਹੋਰ ਸਮਝਣ ਵਾਸਤੇ ਅਸੀਂ ਪਾਰਵਤੀ ਵਰਤ ਲਵਾਂਗੇ ਸ਼ੰਕਰ ਦੀ ਪਾਰਵਤਨੀ ਸ਼ਿਵਾ ਦੀ ਪਤਨੀ ਜਿਹੜੀ ਪਾਰਵਤੀ ਮਿਰਣਨ ਪਾਰਵਤੀ ਉਹ ਹੱਸ ਰਹੀ ਹੈ ਜੀ ਅਟੁੱਟ ਹੱਸਣੋ ਹਸਨ ਕਹਿੰਦੇ ਨੇ ਅਟੁੱਟ ਜਿਹੜਾ ਲਗਾਤਾਰ ਹੱਸੀ ਜਾਈਏ ਇੱਕ ਐਸੀ ਸਵਰ ਜਿਹੜਾ ਹਾਸਾ ਰੁਕੇ ਹੀ ਨਾ ਪਿਆਲਾ ਖੋ ਸ੍ਰੀ ਵਾਲ ਹਾਂ ਉਸਦੀ ਮੈਂ ਨਕਲ ਨਹੀਂ ਕਰਨਾ ਚਾਹਾਂਗਾ ਕਿਉਂ ਇਹ ਸਾਧ ਸੰਗਤ ਹੈ ਪਿਆਲਾ ਖੋ ਸ੍ਰੀ ਵਾਲ ਇਸੇ ਇੱਕ ਤਹਿਜੀਬ ਹੈ ਪਰ ਅਟੁੱਟ ਹਾਸਣ ਦਾ ਮਤਲਬ ਹੈ ਲਗਾਤਾਰ ਹੱਸੀ ਜਾਣਾ ਰੁਕਣਾ ਹੀ ਨਾ ਤੇ ਫਿਰ ਮਾਤਾਵਾਂ ਦੇ ਬੱਚੇ ਜ਼ਿਆਦਾ ਹੱਸਣ ਤੇ ਕਹਿ ਦੇਣ ਜ਼ਰਾ ਥੋੜਾ ਹੱਸੋ ਕਿਤੇ ਕੋਈ ਦੂਸਰੀ ਗਲਤ ਖਬਰ ਸ਼ੋਕ ਵਾਲੀ ਖਬਰ ਨਾ ਸੁਣੀ ਜਾਵੇ ਅੱਜ ਬੜੇ ਹੱਸੇ ਹਾਂ ਅਟੁੱਟ ਹਾਸਣ ਹਸਨ ਅਟੁੱਟ ਹਾਸਣੋ ਹਸਨ ਲਗਾਤਾਰ ਹਾਸੇ ਦੇ ਨਾਲ ਦੇਵੀਆਂ ਇਹ ਭੂਤ ਪ੍ਰੇਤ ਹੱਸ ਰਹੇ ਨੇ ਖਿਮੰਤ ਉਜਲੋ ਹਸਨ ਤੇ ਖਿਮੰਤ ਉਜਲੋ ਅਸੰਗ ਅਸੰਗ ਕਿਰਪਾਨ ਨੂੰ ਕਹਿੰਦੇ ਨੇ ਅਸ ਕਿਰਪਾਨ ਖੰਡੋ ਖੜਗ ਵੱਖਰੇ ਵੱਖਰੇ ਇਹਨਾਂ ਦੇ ਰੂਪ ਨੇ ਉਂਝ ਅਸ ਕਿਰਪਾਨ ਦਾ ਹੀ ਅਰਥ ਹੈ ਇੱਥੇ ਕਹਿ ਰਹੇ ਨੇ ਉਜਲ ਸਾਫ ਸਵੱਛ ਕਿਰਪਾਨਾਂ ਲਿਸ਼ਕ ਰਹੀਆਂ ਨੇ ਖਿਮੰਤ ਲਿਸ਼ਕਰੀਆਂ ਨੇ ਚਮਕਰੀਆਂ ਨੇ ਦਮਕਰੀਆਂ ਨੇ ਅਕਵਾ ਛੰਦ ਇੱਕ ਹੋਰ ਛੰਦ ਜੋ ਹਜ਼ੂਰ ਇਸ ਹੀ ਕਥਾ ਦੇ ਅੰਦਰ ਵਰਣਨ ਕਰ ਰਹੇ ਨੇ ਜੁਟੇ ਵੀਰੰ ਸੂਰ ਵੀਰ ਜੁਟੇ ਹੋਏ ਨੇ ਛੁੱਟੇ ਤੀਰੰ ਤੀਰ ਛੁੱਟ ਪਏ ਜੁਜੇ ਤਾਜੀ ਸੂਰ ਵੀਰਾਂ ਦੇ ਘੋੜੇ ਵੀ ਨਾਲ ਜੁੜ ਗਏ ਸ਼ਹੀਦ ਹੋ ਗਏ ਕੱਟੇ ਗਏ ਡਗੇ ਗਾਜੀ ਸੂਰ ਵੀਰ ਘੋੜਿਆਂ ਤੋਂ ਡਿੱਗ ਪਏ ਵਜੇ ਜਵਾਨ ਆਪਸ ਵਿੱਚ ਜਿਹੜੇ ਜਵਾਨ ਬਹਾਦਰ ਸਨ ਆਪਸ ਵਿੱਚ ਵੱਜ ਪਏ ਲੜਾਈ ਸ਼ੁਰੂ ਹੋ ਗਈ ਬਾਹੇ ਬਾਣ ਆਪਣੇ ਤੀਰਾਂ ਨੂੰ ਵਾਹਦੇ ਨੇ ਚਲਾਉਂਦੇ ਨੇ ਰੁਝੇ ਜੰਗੰ ਮੈਦਾਨੇ ਜੰਗ ਵਿੱਚ ਰੁਝੇ ਹੋਏ ਨੇ ਉਹਨਾਂ ਦਾ ਇਹੋ ਹੀ ਰੁਜ਼ਗਾਰ ਹੈ ਉਹਨਾਂ ਦਾ ਰੁਝਾਵਾਂ ਇਹ ਰੁਝੇ ਹੀ ਰਹਿਣਾ ਜੁਜੇ ਅੰਗੰ ਕਹਿੰਦੇ ਨੇ ਉਹਨਾਂ ਜੁਜੇ ਅੰਗੰ ਉਹਨਾਂ ਦੇ ਅੰਗ ਜੁਜ ਗਏ ਕੱਟੇ ਗਏ ਟੁੱਟੇ ਤੰਗੰ ਘੋੜਿਆਂ ਦੇ ਤੰਗ ਜਿਹੜੇ ਸਨ ਕਾਠੀ ਕੱਸਣ ਵਾਲੇ ਉਹ ਟੁੱਟ ਗਏ ਫੁੱਟੇ ਅੰਗੰ ਅੰਗ ਭੱਜ ਗਏ ਸਜੇ ਸੂਰੰ ਸੂਰਬੀਰ ਮੈਦਾਨੀ ਜੰਗ ਵਿੱਚ ਸਜੇ ਹੋਏ ਨੇ ਘੁੰਮੀ ਹੂਰੰ ਉਹਨਾਂ ਦੀ ਬਹਾਦਰੀ ਦੇਖ ਕੇ ਘੂਰੰ ਕਹਿੰਦੇ ਨੇ ਘੁੰਮੀ ਹੂਰੰ ਅਪਛਰਾਵਾਂ ਜਿਹੜੀਆਂ ਨੇ ਉਹ ਉਹਨਾਂ ਦੇ ਉੱਪਰ ਅਸਮਾਨ ਵਿੱਚ ਘੁੰਮਣ ਲੱਗ ਪਈਆਂ ਚੱਕਰ ਕੱਟਣ ਲੱਗੀਆਂ ਜੁਜੇ ਹਾਥੀ ਹਾਥੀ ਵੀ ਜੂਝ ਗਏ ਮਾਰੇ ਗਏ ਕੱਟੇ ਗਏ ਰੁਜੇ ਸਾਥੀ ਸਾਥੀ ਆਪਸ ਵਿੱਚ ਜਿਹੜੇ ਸਨ ਸੂਰ ਵੀਰ ਉਹ ਮੈਦਾਨੀ ਜੰਗ ਵਿੱਚ ਰੁਝ ਗਏ ਉਬੇ ਉਸਟੰ ਤੇ ਕਹਿੰਦੇ ਨੇ ਉਹਨਾਂ ਦੇ ਉਬੇ ਦੋ ਉਸਟੰ ਹੋਠ ਕਹਿੰਦੇ ਨੇ ਦੋ ਜਿਹੜੇ ਹੋਰ ਸਨ ਸੂਰ ਵੀਰਾਂ ਦੇ ਗੁੱਸੇ ਦੇ ਨਾਲ ਦੰਦ ਕਰੀਜਦੇ ਨੇ ਔਰ ਉਹਨਾਂ ਦੇ ਜਿਹੜੇ ਹੋਠ ਨੇ ਲਬ ਨੇ ਬੁੱਲ ਉਹ ਇੱਕ ਦੂਸਰੇ ਨਾਲ ਗੁੱਸੇ ਨਾਲ ਖੈਂਦੇ ਨੇ ਉਸਟੰਗ ਦਾ ਅਰਥ ਕਈ ਕੀਤੇ ਨੇ ਪਰ ਮਜ਼ਮੂਨ ਨਾਲ ਸੰਬੰਧਿਤ ਅਰਜ਼ ਕੀਤੀ ਗਈ ਹੈ ਪਿਆਲਾ ਖੋ ਸ੍ਰੀ ਵਾਲ ਜਾਂ ਇਉਂ ਵੀ ਕਹਿ ਸਕਦੇ ਹਾਂ ਉਸ ਅਰਬੀ ਦਾ ਲਫ਼ਜ਼ ਮੰਨ ਕੇ ਦੋਨਾਂ ਪਾਸਿਆਂ ਤੋਂ ਊਠਾਂ ਦੇ ਜਿਹੜੇ ਅਸਵਾਰ ਸਨ ਪਰ ਮਜ਼ਮੂਨ ਦੇ ਨਾਲ ਸੰਬੰਧਿਤ ਪਹਿਲਾਂ ਠੀਕ ਰਹੇਗਾ ਪਿਆਲਾ ਖੋ ਸ੍ਰੀ ਵਾਲ ਜੀ ਸੁਬੇ ਪੁਸਟੰਗ ਇਹ ਕਹਿੰਦੇ ਨੇ ਸੁਬੇ ਪੁਸਟੰਗ ਮੋਟੇ ਮੋਟੇ ਤਕੜੇ ਤਕੜੇ ਜਿਹੜੇ ਸੂਰਬੀਰ ਸਨ ਉਹ ਸੋਭ ਰਹੇ ਨੇ ਮੈਦਾਨੇ ਜੰਗ ਦੇ ਅੰਦਰ ਫਟੇ ਬੀਰੰ ਸੂਰਬੀਰ ਫਟੇ ਹੋਏ ਨੇ ਜ਼ਖਮੀ ਜ਼ਖਮੀ ਹੋਏ ਨੇ ਛੁੱਟੇ ਤੀਰੰ ਤੀਰ ਛੁੱਟੇ ਡਗੇ ਘੁੰਮੰ ਧਰਤੀ ਤੇ ਡਿੱਗ ਪਏ ਉੱਠੇ ਘੁੰਮੰ ਘੁੰਮ ਘੁੰਮ ਕੇ ਘੁੰਮਣ ਕੇਰੀ ਖਾ ਕੇ ਚੱਕਰ ਕੱਟ ਕੇ ਸੂਰਬੀਰ ਜਿਹੜੇ ਸਨ ਉਹ ਉੱਠ ਪਏ ਬੱਕੈ ਬਾਰੰ ਇਹ ਕਹਿੰਦੇ ਨੇ ਬੱਕੈ ਮਾਰੰ ਬੱਕੈ ਮਾਰੰ ਮਾਰ ਲੋ ਬੱਕੈ ਬੱਕਦੇ ਨੇ ਬੋਲਦੇ ਨੇ
ਚੱਕਾ ਚਾਰੰ ਤੇ ਚਾਰ ਚਫੇਰੇ ਦੇ ਜਿਹੜੇ ਚਾਰ ਚੱਕਰ ਸਨ ਨਾ ਚੱਕਰਤ ਹੋ ਗਏ ਹੈਰਾਨ ਹੋ ਗਏ ਸਜਾ ਅਸਤਰੰ ਸਤਰਾਂ ਨੂੰ ਸਜਾਉਂਦੇ ਨੇ ਸੂਰਬੀਰਤਾ ਦੇ ਨਾਲ ਦ੍ਰਿੜਤਾ ਦੇ ਨਾਲ ਵਜਾ ਅਸਤਰੰ ਤੇ ਅਸਤਰ ਜਿਹੜੇ ਨੇ ਤੀਰ ਚੱਕਰ ਵੱਜ ਰਹੇ ਨੇ ਚਾਚਰੀ ਛੰਦ ਇੱਕ ਹੋਰ ਛੰਦ ਜੋ ਜਾਪ ਸਾਹਿਬ ਵਿੱਚ ਸਰਕਾਰ ਨੇ ਸਭ ਤੋਂ ਪਹਿਲਾਂ ਵਰਣਨ ਕੀਤਾ ਹੈ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਉਸੇ ਛੰਦ ਨੂੰ ਇੱਥੇ ਵਰਣਨ ਕਰ ਰਹੇ ਨੇ ਜੁਝਾਰੇ ਅਪਾਰੇ ਹਾਂ ਕਹਿੰਦੇ ਨੇ ਅਪਾਰੇ ਬੇਅੰਤ ਜੁਝਾਰੇ ਸੂਰ ਬੇਅੰਤ ਸੂਰਬੀਰ ਨਿਹਾਰੇ ਵਿਚਾਰੇ ਦੇਖੇ ਤੇ ਫਿਰ ਵਿਚਾਰ ਕੀਤੀ ਵੀ ਕਿਵੇਂ ਇਹਨਾਂ ਨੂੰ ਮੈਦਾਨੇ ਜੰਗ ਵਿੱਚ ਗਿਰਾਈਏ ਹਕਾਰੇ ਕਹਿੰਦੇ ਨੇ ਉਹਨਾਂ ਨੂੰ ਆਪਣੇ ਪਾਸ ਹਕਾਰ ਨਾ ਕਿ ਹਾਕ ਮਾਰੋ ਆਪਣੇ ਪਾਸ ਸੱਦੇ ਜੀ ਵਿਚਾਰੇ ਫਿਰ ਲਲਕਾਰ ਨਾ ਕੀਤਾ ਦੁਸ਼ਮਣ ਨੂੰ ਵਿਚਾਰਾ ਵਿਚਾਰ ਕਰਦੇ ਨੇ ਪਰਹਾਰਾ ਆਪਣੇ ਸ਼ਸਤਰ ਮਾਰਦੇ ਨੇ ਦੋ ਲਫ਼ਜ਼ ਪੜ੍ਹੀ ਚੱਲੋ ਸੋਤਾਜੀ ਸਰਾਜੀ ਕਹਿੰਦੇ ਨੇ ਸੋਤਾਜੀ ਸ੍ਰੇਸ਼ਟ ਘੋੜੇ ਸਿਰਾਜੀ ਹਾਫਿਜ਼ ਸ਼ਿਰਾਜੀ ਦੇ ਦੇਸ਼ ਦੇ ਸ਼ਿਰਾਜ ਦੇਸ਼ ਦੇ ਅਰਬਾਂ ਦੇ ਘੋੜੇ ਜਿਹੜੇ ਰੇਤ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਦੌੜਦੇ ਸਨ ਅੱਜ ਮੈਂ ਅੱਜ ਕੱਲ੍ਹ ਖਿਡੌਣੇ ਉੱਡਦੇ ਨੇ ਨਾ 8 ਘੰਟਿਆਂ ਚ ਦਿੱਲੀ ਤੋਂ ਇੱਥੇ ਲਿਆ ਸੁੱਟਦੇ ਨੇ ਪਹਿਲਾਂ ਖੋਸੀ ਵਾਰ ਤੇ ਜੇ ਰਸ਼ੀਏ ਨੇ ਰੂਸੀ ਜਿਹੜੇ ਨੇ ਅੱਗੇ ਕਥਾ ਦਾ ਜ਼ਿਕਰ ਆਵੇਗਾ ਅਸੀਂ ਸੁਣ ਸਰਮਨ ਕਰਾਂਗੇ ਰਸ਼ੀਆ ਦੇ ਨਾਲ ਕਲਕੀ ਅਵਤਾਰ ਦੀ ਕਿਵੇਂ ਲੜਾਈ ਹੋਵੇਗੀ ਉਹ ਸਾਨੂੰ ਸੁਣਨ ਦਾ ਮੌਕਾ ਮਿਲੇਗਾ ਪਰ ਜੇ ਰੂਸੀ ਫੂਸੀ ਆਗਿਆ ਦੇ ਦੇਣ ਤਾਂ 3 ਘੰਟੇ ਦਾ ਰਸਤਾ ਰਹਿ ਜਾਵੇ ਦਿੱਲੀ ਇੱਥੋਂ ਸਾਰਾ ਇਸ ਵਾਸਤੇ ਇੱਥੇ ਕਹਿ ਰਹੇ ਫਿਰ ਪੜ੍ਹਨਾ ਸੋਤਾਜੀ ਸਿਰਾਜੀ ਸੋਤਾਜੀ ਸਿਰਾਜੀ ਪੜ੍ਹਨਾ ਹੈ ਪਾਠ ਸੋਤਾਜੀ ਕਹਿੰਦੇ ਨੇ ਸ੍ਰੇਸ਼ਟ ਘੋੜੇ ਉਹ ਘੋੜੇ ਸਿਰਾਜੀ ਜਿਹੜੇ ਸ਼ਿਰਾਜ ਦੇਸ਼ ਤੋਂ ਜਿੱਥੋਂ ਦੇ ਹਾਫਿਜ਼ ਸ਼ਿਰਾਜੀ ਬੰਦਗੀ ਵਾਲੇ ਤੇ ਪਰਸ਼ੀਅਨ ਦੇ ਸਕਾਲਰ ਦਰਵੇਸ਼ ਸ਼ਾਇਰ ਹੋ ਚੁੱਕੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਦੋਸਤ ਭਾਈ ਨੰਦ ਲਾਲ ਜੀ ਦੇ ਮਿੱਤਰ ਪਹਿਲਾਂ ਸ਼ਿਰਾਜ ਦੇਸ਼ ਦੇ ਉਹ ਸ੍ਰੇਸ਼ਟ ਤਾਜੀ ਘੋੜੇ ਸਲਾਜੀ ਬਿਰਾਜੀ ਤੇ ਕਹਿੰਦੇ ਨੇ ਸਲਾਜੀ ਬਿਰਾਜੀ ਸੂਰਬੀਰ ਵੀਰਤਾ ਦੀ ਸਲਾਜੀ ਲਾਜ ਸਹਿਤ ਸੰਤ ਮਹਾਰਾਜ ਜੀ ਦਾ ਇਹ ਅਰਥ ਹੁੰਦਾ ਸੀ ਸਲਾਜੀ ਸੂਰਬੀਰਤਾ ਦੀ ਲਾਜ ਸਹਿਤ ਸਾਹ ਜਿਹੜਾ ਉਹ ਸਹਿਤ ਦੇ ਨਾਲ ਲੱਗ ਜਾਵੇਗਾ ਲਾਜ ਸਹਿਤ ਸਲਾਜੀ ਸੂਰਬੀਰਤਾ ਦੀ ਲਾਜ ਸਹਿਤ ਬਿਰਾਜੀ ਸੂਰਬੀਰ ਬਹਾਦਰ ਮੈਦਾਨੇ ਜੰਗ ਵਿੱਚ ਬਿਰਾਜਦੇ ਨੇ ਸ਼ਿਰੋ ਸ਼ਿਸ਼ੋਭਤ ਹੁੰਦੇ ਨੇ ਜੀ ਉਠਾਵੇ ਦਿਖਾਵਾ ਸ਼ਸਤਰਾਂ ਨੂੰ ਉਠਾਉਂਦੇ ਨੇ ਔਰ ਦਿਖਾਉਂਦੇ ਨੇ ਵੀ ਮੇਰੇ ਪਾਸ ਆਹ ਹੈ ਜਿਵੇਂ ਉਧਰ ਰੀਗਨ ਦਿਖਾ ਦਿੰਦਾ ਵੀ ਮੇਰੇ ਪਾਸ ਆਹ ਆਮ ਸੈਲਾ ਨੇ ਇਧਰ ਗੁਰਵਾ ਚੋ ਦਿਖਾ ਦਿੰਦਾ ਹੁਣ ਦੋਨਾਂ ਆਨੇ ਵਾਲੀ ਥਾਂ ਤੇ ਆ ਗਏ ਵੀ ਸਮਝੌਤਾ ਕਰ ਲਈਏ ਜਿਵੇਂ ਖੁਮੈਨੀ ਹੁਣ ਟਿਕਾਣੇ ਤੇ ਆ ਗਿਆ ਉਹ ਟੱਕੇ ਵਾਲੀ ਥਾਂ ਤੇ ਅਖੇ ਮੈਨੂੰ ਹੁਣ ਖੁਦਾ ਨੇ ਕਿਹਾ ਕਿ ਸਮਝੌਤਾ ਕਰ ਲੋ ਕਹਿੰਦੇ ਪਹਿਲਾਂ ਨਹੀਂ ਸੀ ਖੁਦਾ ਨੇ ਕਿਹਾ ਤੋ ਕਹਿੰਦੇ ਨੇ ਇਸ ਪਰ ਤਰੀਕੇ ਨਾਲ ਉਠਾਉਂਦੇ ਨੇ ਸ਼ਸਤਰ ਦਿਖਾਵੇ ਦਿਖਾਉਂਦੇ ਨੇ ਭਰਮਾਵੇ ਚਖਾਵੇ ਭਰਮਾਉਂਦੇ ਨੇ ਸ਼ਸਤਰਾਂ ਦੇ ਤਾਈ ਔਰ ਫਿਰ ਭਰਮਾ ਕੇ ਘੁਮਾ ਕੇ ਚਖਾਵੇ ਹੌਲੀ ਜੀ ਵਾਰ ਕਰਕੇ ਦਿਖਾ ਦਿੰਦੇ ਨੇ ਸਵਾਦ ਸ਼ਸਤਰਾਂ ਦਾ ਚਖਾ ਦਿੰਦੇ ਨੇ ਮਜ਼ਾ ਦਿਖਾਉਂਦੇ ਨੇ ਕਿਰਪਾਨ ਕਿਰਤ ਛੰਦ ਆ ਛੰਦ ਹਜ਼ੂਰ ਨੇ ਇੱਥੇ ਪਹਿਲੀ ਵਾਰੀ ਸ਼ਾਇਦ ਵਰਣਨ ਕੀਤਾ ਹੈ ਕਿਰਪਾਨ ਕਿਰਤ ਛੰਦ ਯਾਨੀ ਕਿਰਪਾਨ ਦੀ ਕਿਰਤ ਕਿਰਪਾਨ ਦਾ ਕਰਮ ਵਾਲਾ ਛੰਦ ਵਰਣਨ ਕਰ ਰਹੇ ਨੇ ਜੀ ਜਹਾਂ ਤੀਰ ਛੁੱਟਤ ਜਿੱਥੇ ਤੀਰ ਛੁੱਟਦੇ ਨੇ ਆ ਲਗਾ ਲੈਂਦੇ ਨੇ ਪਹਿਲਾਂ ਸ੍ਰੀ ਵਾਹਿ ਜੀ ਆ ਜਹਾਂ ਤੀਰ ਛੁੱਟਤ ਜਿੱਥੇ ਤੀਰ ਛੁੱਟਦੇ ਨੇ ਜੀ ਰਣ ਤੀਰ ਛੁੱਟਤ ਮੈਦਾਨੀ ਜੰਗ ਦੇ ਅੰਦਰ ਸੂਰਬੀਰਾਂ ਦਾ ਤੀਰ ਜਿਹੜਾ ਛੁੱਟ ਜਾਂਦਾ ਹੈ ਕਿਤਨੀ ਸੁੰਦਰ ਗੱਲ ਰਸ਼ੀਅਨ ਸਕਾਲਰ ਨੇ ਟਾਲਸਟਾਏ ਨੇ ਕਹੀ ਸੀ ਜਿੱਥੇ ਤੋਪ ਟੈਂਕ ਫੌਜਾਂ ਆ ਕੇ ਛਾਉਣੀ ਪਾ ਲੈਂਦੀਆਂ ਨੇ ਉੱਥੇ ਤੇ ਖੇਤੀ ਦੀ ਪੈਦਾਇਸ਼ ਨਹੀਂ ਰਹਿੰਦੀ ਉੱਥੇ ਤੇ ਫੁੱਲ ਨਹੀਂ ਪ੍ਰਫੁੱਲਤ ਹੋ ਸਕਦੇ ਉੱਥੇ ਚੰਗੇ ਇਨਸਾਨਾਂ ਦੀ ਪੈਦਾਇਸ਼ ਕਿਵੇਂ ਹੋ ਸਕਦੀ ਹੈ ਪਿਆਲਾ ਫਿਰ ਪੜ੍ਹਨਾ ਰਣੰਗ ਤੀਰ ਜੁੱਟਤ ਆਰੰਭ ਜਹਾਂ ਤੀਰ ਛੁੱਟ ਜਿੱਥੇ ਤੀਰ ਛੁੱਟਦੇ ਨੇ ਤੀਰ ਚੱਲਦੇ ਨੇ ਰਣੰਗ ਤੀਰ ਜੁੱਟਤ ਮੈਦਾਨੀ ਜੰਗ ਦੇ ਅੰਦਰ ਸੂਰਬੀਰਾਂ ਦੇ ਉੱਥੇ ਮੈਦਾਨੀ ਜੰਗ ਵਿੱਚ ਧੀਰ ਧਾਰੀ ਸੂਰਬੀਰ ਜਿਹੜੇ ਨੇ ਜੁੱਟਤ ਜੁੱਟ ਪੈਂਦੇ ਨੇ ਕਿ ਜੰਗ ਸ਼ੁਰੂ ਹੋ ਜਾਂਦਾ ਹੈ ਬਰੰਗਵੀਰ ਉੱਠਤ ਸ੍ਰੇਸ਼ਟ ਬਹਾਦਰ ਜਿਹੜੇ ਨੇ ਮੈਦਾਨੀ ਜੰਗ ਵਿੱਚ ਫਿਰ ਉੱਠਦੇ ਨੇ ਤਗੜੇ ਹੋ ਕੇ ਅਗਾਂਹ ਵੱਧਦੇ ਨੇ ਤਨੰਗ ਤਰਾਨ ਫੁੱਟਤ ਤੇ ਤਰੰਗ ਸਰੀਰ ਦੀ ਤਰਾਨ ਰੱਖਿਆ ਕਰਨ ਵਾਲੀਆਂ ਸੰਜੋਆਂ ਤਨੰਗ ਤਰਾਨ ਸੰਜੋਅ ਫੁੱਟਤ ਫੁੱਟ ਜਾਂਦੀਆਂ ਨੇ ਟੁੱਟ ਜਾਂਦੀਆਂ ਨੇ ਰਣਵੀਰ ਗਿਰਤ ਮੈਦਾਨੀ ਜੰਗ ਦੇ ਅੰਦਰ ਸੂਰਬੀਰ ਬਹਾਦਰ ਗਿਰਤ ਗਿਰ ਜਾਂਦੇ ਨੇ ਉਹਨਾਂ ਦੀਆਂ ਬਰਮਨ ਸੰਜੋਆਂ ਵੀ ਤੇ ਤਨੰਗ ਤਰਾਨ ਸੰਜੋਆਂ ਦੋਨਾਂ ਹੀ ਲਫ਼ਜ਼ ਵੱਖਰੇ ਵੱਖਰੇ ਨੇ ਸੰਜੋਆਂ ਫੁੱਟ ਜਾਂਦੀਆਂ ਟੁੱਟ ਜਾਂਦੀਆਂ ਨੇ ਭਵੰਗ ਸਿੱਧ ਧਰਤ ਕਹਿੰਦੇ ਨੇ ਕਿ ਭਵੰਗ ਸਿੰਧ ਧਰਤ ਸੂਰਬੀਰ ਮੈਦਾਨੀ ਜੰਗ ਦੇ ਅੰਦਰ ਬੜਾ ਸੌਖਾ ਤਰੀਕਾ ਹੈ ਮੈਦਾਨੀ ਜੰਗ ਦੇ ਅੰਦਰ ਆਪਣੀ ਜਾਨ ਦੇ ਕੇ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ ਨਵੰਗ ਹੋਰ ਫਿਰਤ ਆਕਾਸ਼ ਵਿੱਚ ਪਛਰਾਵਾਂ ਫਿਰਦੀਆਂ ਹਨ ਬਰੰਗਵੀਰ ਭਰਤ ਸ੍ਰੇਸ਼ਟ ਸੂਰਬੀਰਾਂ ਬਹਾਦਰਾਂ ਨੂੰ ਵਰਦੀਆਂ ਹਨ ਰਣਨਾਦ ਬਚਤ ਮੈਦਾਨੀ ਜੰਗ ਵਿੱਚ ਜੰਗ ਦਾ ਸ਼ਬਦ ਵਾਜਾ ਵੱਜਦਾ ਹੈ ਸੁਣ ਭੀਰ ਭਜਤ ਉਸ ਵਾਜੇ ਨੂੰ ਸੁਣ ਕੇ ਭੀਰ ਕਾਇਰ ਭੱਜ ਜਾਂਦੇ ਨੇ ਦੌੜ ਜਾਂਦੇ ਨੇ ਰਣ ਭੂਬ ਤਜਤ ਰਣ
ਭੂਮ ਤਜਤ ਮੈਦਾਨੇ ਜੰਗ ਦੇ ਅੰਦਰ ਮੈਦਾਨੇ ਜੰਗ ਦੀ ਭੂਮ ਧਰਤੀ ਨੂੰ ਤਜਤ ਤਜ ਜਾਂਦੇ ਨੇ ਤਿਆਗ ਜਾਂਦੇ ਨੇ ਛੱਡ ਜਾਂਦੇ ਨੇ ਪਿਆਰਲਾ ਖੋ ਸ੍ਰੀ ਮਨ ਦੇ ਵਿੱਚ ਮਾਜ ਦਰਸ ਵਿੱਚ ਮਨ ਦੇ ਵਿੱਚ ਲਜਤ ਸ਼ਰਮਿੰਦੇ ਹੁੰਦੇ ਨੇ ਸ਼ਰਮ ਤਾਂ ਮਹਿਸੂਸ ਕਰਦੇ ਨੇ ਭਾਵੇਂ ਮਹਾਂ ਸਿੰਘ ਤੇ ਉਹਨਾਂ ਦੇ ਸਾਥੀ ਬੇਦਾਵਾ ਦੇ ਕੇ ਚਲੇ ਗਏ ਪਰ ਸਿਰ ਨੀਵੇਂ ਸਨ ਉਹਨਾਂ ਦੇ ਸ਼ਰਮਸਾਰ ਸਨ ਉਹ ਜੀ ਫਿਰ ਲੜਤ ਲੜਦੇ ਨੇ ਆਪਣੇ ਆਪ ਨੂੰ ਫਿਰ ਦੁਬਾਰਾ ਫੇਰ ਕੇ ਮੋੜ ਕੇ ਲੜਦੇ ਨੇ ਰਾਣਾ ਜੁਜ ਮਰਤ ਮੈਦਾਨੇ ਜੰਗ ਦੇ ਅੰਦਰ ਜੂਝ ਕੇ ਮਰਤ ਮਰ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਨਹਿ ਭਾਵ ਟਰਤ ਇਹ ਕਹਿੰਦੇ ਨੇ ਨਹਿ ਭਾਵ ਨਹਿ ਭਾਵ ਟਰਤ ਭਾਵ ਦਾ ਅਰਥ ਹੋਰ ਹੋ ਜਾਵੇਗਾ ਤੇ ਭਾਵ ਪਿਆਲਾ ਖੋ ਸ੍ਰੀ ਵਾਹਿਗੁਰੂ ਫਿਰ ਪੜ੍ਹਨਾ ਜੀ ਨਹਿ ਭਾਵ ਟਰਤ ਉਹਨਾਂ ਦੇ ਪੈਰ ਟਲਦੇ ਨੀ ਪਿੱਛੇ ਨਹੀਂ ਹਟਦੇ ਭਾਵ ਸਿੰਧ ਤਰਤ ਸੰਸਾਰ ਸਾਗਰ ਤੋਂ ਜੂਝ ਕੇ ਤਰ ਜਾਂਦੇ ਨੇ ਰਣ ਰੰਗ ਮਚਤ ਮੈਦਾਨੀ ਜੰਗ ਦੇ ਅੰਦਰ ਯੁੱਧ ਦਾ ਰੰਗ ਮਚਦਾ ਹੈ ਚਤਰੰਗ ਫਟਤ ਤੇ ਚਤਰੰਗ ਚਾਰ ਪ੍ਰਕਾਰ ਦੀ ਫੌਜ ਜਿਹੜੀ ਏ ਉਹ ਫਟ ਜਾਂਦੀ ਏ ਸੂਰ ਵੀਰਾਂ ਦੇ ਚਾਰ ਚਾਰ ਅੰਗ ਦੋ ਬਾਹਾਂ ਦੋ ਪੈਰ ਵੀ ਫਟ ਜਾਂਦੇ ਨੇ ਬਾਹਾਂ ਕੱਟੀਆਂ ਜਾਂਦੀਆਂ ਨੇ ਲੱਤਾਂ ਟੁੱਟ ਜਾਂਦੀਆਂ ਨੇ ਜੀ ਸਰਬੰਗ ਲਟਤ ਸਾਰੇ ਅੰਗ ਉਹਨਾਂ ਦੇ ਕੱਟਣ ਦੇ ਕਾਰਨ ਲਟਕਣੇ ਸ਼ੁਰੂ ਹੋ ਜਾਂਦੇ ਨੇ ਮਨ ਮਾਨ ਘਟਤ ਮਨ ਵਿੱਚੋਂ ਉਹਨਾਂ ਸੂਰ ਵੀਰਾਂ ਦਾ ਮਾਨ ਜਿਹੜਾ ਘਟਤ ਘਟ ਜਾਂਦਾ ਹੈ ਬਾਰ ਵੀਰ ਫਿਰਤ ਬਹਾਦਰ ਜਿਹੜੇ ਸੂਰ ਵੀਰ ਨੇ ਬਾਰ ਵੀਰ ਫਿਰਤ ਸ੍ਰੇਸ਼ਟ ਬਹਾਦਰ ਸੂਰ ਵੀਰ ਜਿਹੜੇ ਨੇ ਉਹ ਭਿੜਦੇ ਹਨ ਨਹੀਂ ਨਾਇਕ ਫਿਰਤ ਕਹਿੰਦੇ ਨੇ ਪਰ ਨਾਇਕ ਯੈ ਮਨ ਨਾਇਕ ਨਾ ਕਹੇ ਉਹ ਕਰੇ ਸੀਖ ਸਿਖਾਏ ਰਹੇ ਉਹ ਆਪਣੀ ਸੀ ਦੁਰਮਤ ਤੇ ਨਾ ਕਰੇ ਇਹ ਨਾਇਕ ਥੋੜਾ ਜਿਹਾ ਇਹ ਮਨ ਕਹਿੰਦੇ ਨੀਕ ਫਿਰ ਪੜਨਾ ਨਹੀਂ ਨਾਇਕ ਫਿਰਤ ਥੋੜਾ ਜਿਹਾ ਵੀ ਮੈਦਾਨੀ ਜੰਗ ਤੋਂ ਫਿਰਦੇ ਨੀ ਕੰਢ ਥੋੜੀ ਜੀ ਕੰਢ ਵੀ ਨੀ ਦਿੰਦੇ ਜਬ ਚਿਤ ਚਿਰਤ ਜਬ ਚਿਤ ਚਿਰਤ ਜਦੋਂ ਜ਼ਖਮ ਹੁੰਦੇ ਨੇ ਤਾਂ ਆਪਣੇ ਚਿੱਤ ਵਿੱਚ ਜਦੋਂ ਚਿਰਤ ਚਿੜਦੇ ਨੇ ਆਪਣੇ ਚਿੱਤ ਵਿੱਚ ਜਦੋਂ ਚਿਰਤ ਚਿੜਦੇ ਹਨ ਉੱਠ ਸਹਿਰ ਕਿਰਤ ਤੇ ਫਿਰ ਉੱਠ ਕੇ ਚਿੜ ਕੇ ਸੂਰ ਵੀਰਤਾ ਨਾਲ ਦੁਸ਼ਮਣ ਦੀ ਫੌਜ ਨੂੰ ਕਿਰਤ ਘੇਰ ਲੈਂਦੇ ਨੇ ਗਿਰ ਭੂਮ ਪਰਤ ਧਰਤੀ ਤੇ ਡਿੱਗ ਪੈਂਦੇ ਨੇ ਸੁਰ ਨਾਰ ਵਰਤ ਤੇ ਦੇਵਤਿਆਂ ਦੀਆਂ ਪਤਨੀਆਂ ਪਛਰਾਵਾਂ ਉਹਨਾਂ ਨੂੰ ਵਰ ਲੈਂਦੀਆਂ ਨੇ ਵਿਆਹ ਲੈਂਦੀਆਂ ਨੇ ਉਹਨਾਂ ਨਾਲ ਵਿਆਹ ਕਰ ਲੈਂਦੀਆਂ ਹਨ ਨਹੀਂ ਪਾਵ ਟਰਤ ਪਰ ਸੂਰ ਵੀਰਾਂ ਦੇ ਪੈਰ ਚੱਲਦੇ ਨੇ ਪੈਰ ਪਿੱਛੇ ਨਹੀਂ ਹੁੰਦੇ ਮਨ ਕੋਪ ਭਰਤ ਮਨ ਉਹਨਾਂ ਦੇ ਗੁੱਸੇ ਨਾਲ ਭਰ ਜਾਂਦੇ ਨੇ ਕਰ ਕੋਪ ਮੰਡਤ ਕਰ ਕੋਪ ਮੰਡਤ ਬਹੁਤ ਗੁੱਸਾ ਕਰਕੇ ਮੈਦਾਨੀ ਜੰਗ ਨੂੰ ਮੰਡਿਤ ਭੂਸ਼ਿਤ ਕਰਦੇ ਨੇ ਸੰਤ ਮਹਾਰਾਜ ਜੀ ਦਾ ਸ਼ਬਦ ਹੁੰਦਾ ਸੀ ਮੰਡਿਤ ਭੂਸ਼ਿਤ ਕਰਨਾ ਸ਼ੋਭਤ ਕਰਨਾ ਜੀ ਪਗ ਦਵੈ ਨਾ ਭਜਤ ਹੁਣ ਇੱਥੇ ਪਾਠ ਲਿਖਿਆ ਪਗ ਦਵੈ ਨਾ ਭਜਤ ਨਹੀਂ ਪਗ ਦਵੈ ਨਾ ਭਜਤ ਦੋ ਪੈਰ ਵੀ ਸੂਰਬੀਰ ਬਹਾਦਰ ਪਿੱਛੇ ਨਹੀਂ ਭਜਦੇ ਕਰ ਰੋਸ ਲੜਤ ਗੁੱਸਾ ਕਰਕੇ ਲੜਦੇ ਨੇ ਗਿਰ ਭੂਮ ਪਰਤ ਲੜਦਿਆਂ ਲੜਦਿਆਂ ਧਰਤੀ ਦੇ ਉੱਪਰ ਡਿੱਗ ਪੈਂਦੇ ਨੇ ਰਣ ਨਾਦੇ ਨੇ ਬਹੁਤ ਸੁੰਦਰਤਾ ਬਹੁਤ ਮਹਾਨਤਾ ਰਣ ਨਾਦ ਬਜਤ ਮੈਦਾਨੀ ਜੰਗ ਦੇ ਅੰਦਰ ਜੰਗ ਦਾ ਭਿਆਨਕ ਸ਼ਬਦ ਵੱਜ ਰਿਹਾ ਹੈ ਸੁਣ ਮੇਘ ਲਜਤ ਜਿਸ ਨੂੰ ਸੁਣ ਕੇ ਬੱਦਲਾਂ ਦੀ ਗਰਜਨਾ ਵੀ ਸ਼ਰਮਿੰਦੀ ਹੁੰਦੀ ਹੈ ਸਭ ਸਾਜ ਸਜਤ ਸੂਰ ਵੀ ਸਾਜ ਮੈਦਾਨੀ ਜੰਗ ਦੇ ਸਾਰੇ ਸਾਜ ਸ਼ਸਤਰ ਅਸਤਰ ਸਜਤ ਸਜਾਉਂਦੇ ਨੇ ਥੱਬਦੇ ਨੇ ਢੁਕਦੇ ਨੇ ਪਿਆਲਾ ਖੋ ਸ੍ਰੀ ਤੁਸੀਂ ਕਈ ਵਾਰੀ ਗਹੁ ਤੇ ਖਿਆਲ ਨਾਲ ਜਰਾ ਦੇਖਣਾ ਜਾਂ ਨਜ਼ਰ ਆਪਣੀ ਆਪਣੀ ਹੈ ਬੱਚੀ ਨੇ ਅੰਮ੍ਰਿਤ ਛਕਿਆ ਹੋਵੇ ਸਿਰ ਤੇ ਦਸਤਾਰ ਸਜੀ ਹੋਵੇ ਗਾਤਰੇ ਕਿਰਪਾਨ ਹੋਵੇ ਹੱਥ ਵਿੱਚ ਸੁੰਦਰ ਗੁਰੂ ਕਾ ਕੜਾ ਪਾਇਆ ਹੋਇਆ ਹੋਵੇ ਉਹ ਕਿਤਨਾ ਫੱਬੇਗਾ ਜਾਂ ਜੇਵਰ ਜਿਨ੍ਹਾਂ ਤੋਂ ਹਾਂ ਕਾਲਿਆਂ ਤੋਂ ਡਰ ਲੱਗਦਾ ਵੀ ਕਿਤੇ ਰਸਤੇ ਵਿੱਚ ਹੀ ਖੋਹ ਨਾ ਲੈਣ ਉਹਦੀ ਸ਼ੋਭਾ ਨਾਲ ਉਸ ਬੱਚੀ ਦੀ ਸ਼ੋਭਾ ਜ਼ਿਆਦਾ ਹੋਵੇਗੀ ਉਹਨੂੰ ਉਹ ਸ਼ਸਤਰ ਗੁਰੂ ਕੇ ਬਖਸ਼ੇ ਹੋਏ ਕਕਾਰ ਗੁਰੂ ਕੇ ਸੁੰਦਰ ਬਖਸ਼ੇ ਹੋਏ ਜੇਵਰ ਸੋਹਣੇ ਨੇ ਜਾਂ ਕਿ ਆ ਖੋਹਾ ਖਾਹੀ ਵਾਲੇ ਖੋਹ ਮਾਈ ਵਾਲੇ ਜ਼ੇਵਰ ਸੋਹਣੇ ਨੇ ਗੁਰੂ ਦੇ ਬਖਸ਼ੇ ਹੋਏ ਜ਼ੇਵਰ ਸੋਹਣੇ ਨੇ ਪਿਆਰ ਨਾਲ ਖੋ ਸ੍ਰੀ ਇਹ ਸੂਰ ਵੀਰਾਂ ਦੇ ਸਰੀਰਾਂ ਦੇ ਉੱਪਰ ਅਸਤਰ ਤੇ ਸ਼ਸਤਰ ਸਜਤ ਸਜਦੇ ਨੇ ਫੱਬਦੇ ਨੇ ਸਭ ਸਾਜ ਸਜਤ ਸਾਰੇ ਸਾਜ ਸ਼ਸਤਰ ਅਸਤਰ ਜਿਹੜੇ ਨੇ ਉਹਨਾਂ ਨਾਲ ਸੂਰਬੀਰ ਸਜਤ ਸਜੇ ਹੋਏ ਨੇ ਫੱਬੇ ਹੋਏ ਨੇ ਪਗ ਦਵੈ ਨਾ ਭਜਤ ਦਵੈ ਪੈਰ ਦੋ ਪੈਰ ਵੀ ਪਿੱਛੇ ਨਹੀਂ ਭਜਦੇ ਹਨ ਰਣ ਚੱਕਰ ਚਲਤ ਮੈਦਾਨੀ ਜੰਗ ਦੇ ਅੰਦਰ ਚੱਕਰ ਚੱਲ ਰਹੇ ਨੇ ਸੂਰਬੀਰਾਂ ਦੇ ਹੱਥ ਸਭ ਤੋਂ ਪਹਿਲਾਂ ਵਿਸ਼ਨੂੰ ਜੀ ਨੇ ਆਪਣਾ ਇਸ ਨੂੰ ਸ਼ਸਤਰ ਬਣਾਇਆ ਔਰ ਇਹ ਮੈਦਾਨੀ ਜੰਗ ਵਿੱਚ ਸੂਰਬੀਰਾਂ ਦੇ ਚੱਕਰ ਜਿਹੜੇ ਨੇ ਉਹ ਚੱਲ ਰਹੇ ਨੇ ਦੁੱਤ ਮਾਨ ਦਲਤ ਇਹ ਕਹਿੰਦੇ ਨੇ ਦੁੱਤ ਮਾਨ ਦਲਤ ਕਹਿੰਦੇ ਨੇ ਉਹ ਵੱਡੇ ਵੱਡੇ ਜਿਹੜੇ ਦੁੱਤ ਮਾਨ ਸੋਭਾ ਵਾਲੇ ਸਨ ਸੂਰਬੀਰ ਉਹਨਾਂ ਦੀ ਸੋਭਾ ਤੇ ਮਾਨ ਦੇ ਤਾਂ ਦਲਤ ਦਲਦੇ ਕਰ ਦਿੰਦੇ ਨੇ ਜੀ ਗਿਰ ਮੇਰ ਹਾਲਤ ਤੇ ਸੁਮੇਰ ਪਰਬਤ ਵੀ ਹਿੱਲਣ ਲੱਗ ਪਿਆ ਸੰਭਨਾ ਕਲਕੀ ਜੀ ਨੇ ਤੇ ਸੰਭਲਪੁਰ ਦੇ ਰਾਜੇ ਦੀਆਂ ਫੌਜਾਂ ਨੇ ਜੰਗ ਕੀਤਾ ਭੱਟ ਸਰੋਣ ਪਲਤ ਇਹ ਕਹਿੰਦੇ ਨੇ ਭੱਟ ਸਰੋਣ ਪਲਤ ਸੂਰਬੀਰਾਂ ਦੇ ਪਲਤ ਮਾਸ ਵਿੱਚੋਂ ਉਂਝ ਹਲਤ ਸੁਖ ਪਲਤ ਪਰਲੋਕ ਨੂੰ ਵੀ ਕਹਿੰਦੇ ਨੇ ਪਰ ਇੱਥੇ ਪਲਤ ਦਾ ਮਤਲਬ ਹੈ ਮਾਸ ਪਲ ਆ ਜੋ ਸਾਡੇ ਸਰੀਰ ਦਾ ਮਾਸ ਹੈ ਸੂਰਬੀਰਾਂ ਦੇ ਪਲਤ ਮਾਸ ਵਿੱਚੋਂ ਸਰੋਣ ਖੂਨ ਵਗ ਰਿਹਾ ਹੈ ਰਣ ਰੰਗ ਮਚਤ ਮੈਦਾਨੀ ਜੰਗ ਦਾ ਰੰਗ ਜਿਹੜਾ ਉਹ ਮਚਿਆ ਹੋਇਆ ਹੈ ਬਾਰ ਬੰਬ ਬਚਤ ਕਹਿੰਦੇ ਵੱਡੇ ਵੱਡੇ ਬੰਬ ਵੱਜ ਰਹੇ ਨੇ ਆ ਜਿਹੜੇ ਐਟਮ ਬੰਬ ਨੇ ਇਹ ਵੀ
ਮਗਰ ਇਹਨਾਂ ਤੋਂ ਬਾਅਦ ਕਲਕੀ ਅਵਤਾਰ ਦਾ ਜੰਗ ਹੋਣਾ। ਰਣ ਬੰਬ ਬਜਤ ਮੈਦਾਨੀ ਜੰਗ ਦੇ ਅੰਦਰ ਉੱਚੀ ਉੱਚੀ ਸੂਰਬੀਰਾਂ ਦੀ ਬੰਬ ਆਵਾਜ਼ ਵੱਜ ਰਹੀ ਹੈ, ਉੱਚੇ ਉੱਚੇ ਬੰਬ ਵਾਜੇ। ਰਣ ਖੰਭ ਗੱਡਤ ਆਪੋ ਆਪਣੇ ਇਲਾਕਿਆਂ ਵਿੱਚ, ਆਪੋ ਆਪਣੇ ਦੇਸ਼ਾਂ ਵਿੱਚ ਜਿਵੇਂ ਖੰਭੇ ਗੱਡੇ ਹੁੰਦੇ ਨੇ, ਨਿਸ਼ਾਨ ਲਹਿਰਾਏ ਹੁੰਦੇ ਨੇ, ਹੱਦਾਂ ਤੇ ਵੀ ਦੇਖਿਆ ਜਾਂਦਾ। ਕੁਝ ਖਾਸ ਥਾਵਾਂ ਤੇ ਆਪਣੇ ਆਪਣੇ ਮੁਲਕਾਂ ਦੇ ਝੰਡੇ ਲੱਗੇ ਹੋਏ ਹੁੰਦੇ ਨੇ। ਅਸਵਾਰ ਅਮਰੀਕਾ ਤੇ ਕੈਨੇਡਾ ਵਿੱਚੋਂ ਜਾਈਏ, ਬਾਈ ਕਾਰ ਜਾਈਏ ਤਾਂ ਆਪੋ ਆਪਣੇ ਬਾਰਡਰ ਦੇ ਉੱਪਰ ਮਿਲਦੇ ਨੇ, ਦੋਨਾਂ ਮੁਲਕਾਂ ਦੇ ਝੰਡੇ ਲੱਗੇ ਹੁੰਦੇ ਨੇ। ਇਵੇਂ ਮੈਦਾਨੀ ਜੰਗ ਦੇ ਅੰਦਰ ਇੱਕ ਪਾਸੇ ਤੇ ਕਲਕੀ ਅਵਤਾਰ ਦੀਆਂ ਫੌਜਾਂ ਨੇ, ਮੈਦਾਨੀ ਜੰਗ ਦੇ ਰਣਖੰਭ ਝੰਡੇ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਗੱਡਤ ਗੱਡੇ ਹੋਏ ਨੇ। ਇੱਕ ਪਾਸੇ ਸੰਬਲਪੁਰ ਦੇ ਰਾਜੇ ਦੀਆਂ ਫੌਜਾਂ ਨੇ, ਅਧਰਮ ਦੇ ਜਿਹੜੇ ਝੰਡੀਆਂ ਨੇ ਉਹ ਉਹਨਾਂ ਦੇ ਨਿਸ਼ਾਨ ਜਿਹੜੇ ਨੇ ਗੱਡੇ ਹੋਏ ਨੇ। ਅਸਵਾਰ ਮੰਡਤ ਮੰਡਤ ਹੀ ਪਾਠ ਪੜਨਾ, ਮੰਡਤ ਅਰਥ ਉਹ ਹੋਵੇਗਾ ਕਿਉਂਕਿ ਪਹਿਲੇ ਗੱਡਤ ਆਇਆ ਫਿਰ ਮੰਡਤ ਆਵੇਗਾ। ਅਸਵਾਰ ਮੰਡਤ ਅਸਵਾਰ ਸੂਰਬੀਰ ਜਿਹੜੇ ਨੇ ਉਹ ਮੈਦਾਨੀ ਜੰਗ ਦੇ ਅੰਦਰ ਕਦਮ ਰੱਖ ਕੇ ਮੈਦਾਨੀ ਜੰਗ ਨੂੰ ਸੁਸ਼ੋਭਿਤ ਕਰਦੇ ਨੇ, ਮੰਡਤ ਘੋਸ਼ਿਤ ਕਰਦੇ ਨੇ, ਸਜਾ ਦਿੰਦੇ ਨੇ। ਜਦੋਂ ਮੈਦਾਨੀ ਜੰਗ ਦੇ ਅੰਦਰ ਘੋੜ ਸਵਾਰ ਆਪਣੇ ਨੇਜੇ ਵਾਜਿਆਂ ਦੇ ਨਾਲ ਘੋੜਿਆਂ ਨੂੰ ਇਸ਼ਾਰਾ ਕਰਕੇ ਦੌੜਾਂਦੇ ਨੇ ਤਾਂ ਜੰਗ ਦੀ ਵੀ ਸ਼ੋਭਾ ਹੁੰਦੀ ਹੈ। ਕਿਰਪਾਨ ਕਿਰਤ ਇਹ ਕਹਿੰਦੇ ਨੇ ਕਿਰਪਾਨਾ ਆਪਣੀ ਕਿਰਤ ਕਰਦੀਆਂ ਨੇ। ਕਿਰਪਾਨ ਦੀ ਕਿਰਤ ਕੀ ਹੈ? ਕੱਟਣਾ, ਵੱਢਣਾ, ਨਾਸ਼ ਕਰਨਾ। ਕਿਰਪਾਨਾ ਦੀ ਕਿਰਤ ਕਰਦੇ ਨੇ, ਕਿਰਪਾਨਾ ਚਲਾਉਂਦੇ ਨੇ, ਕਿਰਪਾਨਾ ਨਾਲ ਦੁਸ਼ਮਣਾਂ ਨੂੰ ਵੱਢਦੇ ਨੇ। ਕਰ ਕੋਪ ਫਿਰਤ ਗੁੱਸਾ ਕਰਕੇ ਤੁਰੇ ਫਿਰਦੇ ਨੇ, ਫਿਰਤ ਕਰ ਕੋਪ ਫਿਰਤ ਗੁੱਸਾ ਕਰਕੇ ਫਿਰਤ ਫਿਰਦੇ ਨੇ, ਕੋਈ ਲੜਾਈ ਕਰਦੇ ਨੇ। ਨਹੀਂ ਫਿਰਾ ਫਿਰਤ ਕਹਿੰਦੇ ਨੇ ਫਿਰ ਫਿਰਤ ਫਿਰਤ ਮੋੜਿਆ ਵੀ ਫਿਰਤ ਫੇਰਿਆ ਮੋੜਿਆ ਹੋਇਆ ਵੀ ਫਿਰ ਫਿਰਦੇ ਨੇ। ਭਾਵੇਂ ਕੋਈ ਕਿਤਨਾ ਵੀ ਕਹੀ ਜਾਵੇ, ਕਿਤਨਾ ਵੀ ਰੋਕੇ, ਪਰ ਉਹ ਸੂਰ ਵੀ ਰੁਕਦੇ ਨਹੀਂ ਹਨ। ਆਤ ਚਿਤ ਚਿਰਤ ਕਹਿੰਦੇ ਆਤ ਚਿਤ ਚਿਰਤ ਆਪਣੇ ਚਿੱਤ ਵਿੱਚ ਅਤਿਅੰਤ ਚਿਰਤ ਚਿੜਦੇ ਨੇ, ਆਪਣੇ ਚਿੱਤ ਵਿੱਚ ਬਹੁਤਾ ਚਿੜ ਕੇ ਕਿਸੇ ਨਾ ਮਾਂ ਦੇ ਮੋੜਿਆ ਮੁੜਦੇ ਨੇ। ਆ ਨੌਜਵਾਨ ਮੁੜਦੇ ਨੇ, ਮਾਵਾਂ ਦੇ ਮੋੜਿਆ ਮੁੜਦੇ ਨੇ, ਭੈਣਾਂ ਦੇ ਮੋੜਿਆ ਮੁੜਦੇ ਨੇ, ਪਤਨੀਆਂ ਦੇ ਮੋੜਿਆ ਮੁੜਦੇ ਨੇ, ਬੱਚਿਆਂ ਤੇ ਬੱਚਿਆਂ ਦੇ ਮੋੜਿਆ ਮੁੜਦੇ ਨੇ, ਜਿਨ੍ਹਾਂ ਦੀ ਕੋਈ ਤਮੰਨਾ ਹੈ। ਸਤਿਗੁਰ ਪੈਜ ਬਿਰਧ ਕੀ ਰੱਖ ਹੈ, ਪੰਥ ਪ੍ਰਕਾਸ਼ ਪਿਆਲਾ ਖੋਸ। ਇਹੋ ਮੈਦਾਨੀ ਜੰਗ ਵਿੱਚੋਂ ਕਲਕੀ ਅਵਤਾਰ ਜੀ ਦੇ ਜਿਹੜੇ ਸੂਰਬੀਰ ਬਹਾਦਰ ਨੇ ਮੈਦਾਨੀ ਜੰਗ ਵਿੱਚੋਂ ਮੋੜਿਆ ਹੋਇਆ ਮੁੜਦੇ ਨਹੀਂ। ਜਦੋਂ ਆਪਣੇ ਚਿੱਤ ਵਿੱਚ ਉਹ ਅਤਿਅੰਤ ਚਿੜ ਕੇ ਖਿੱਜ ਕੇ ਕਰੁੱਜ ਕੇ ਮੈਦਾਨੀ ਜੰਗ ਦੇ ਅੰਦਰ ਕਦਮ ਰੱਖਦੇ ਨੇ ਤਾਂ ਫਿਰ ਕਿਸੇ ਦੇ ਮੋੜਿਆ ਵੀ ਉਹ ਮੁੜਦੇ ਨਹੀਂ, ਕਿਸੇ ਦੇ ਹਟਾਇਆ ਵੀ ਉਹ ਹਟਦੇ ਨੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਹਜ਼ੂਰ ਦੀ ਪਿੱਤਰ ਬਾਣੀ ਹੈ, ਅਣਗਿਣਤ ਭੁੱਲਾਂ ਹੋਈਆਂ ਹਨ, ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ ਔਰ ਨਾਲ ਹੀ ਅਰਦਾਸ ਕਰਨਾ ਵਾ ਸਤਿਗੁਰੂ ਦੀ ਬਖਸ਼ਿਸ਼ ਕਰਨ ਜੋ ਉਹ ਸੇਵਾ ਉਹਨਾਂ ਨੇ ਬਖਸ਼ੀਏ ਇਹ ਕਰਵਾਉਂਦੇ ਰਹੇ। ਸੰਤਾਂ ਵੱਲੋਂ ਸਤਿਕਾਰ ਵਜੋਂ ਬਿਨ ਸੇਵਾ ਆਈਏ ਸੱਚੇ ਪਾਤਸ਼ਾਹ ਜੀ ਸਰਬਾਦੀ ਕਾਲਣਾ ਥਾਂ ਪਾਣ ਜੀ। ਕਿਰਪਾਨ ਕਿਰਤ ਕਰ ਕੋਪ ਫਿਰਤ ਨਹੀਂ ਫਿਰੈ ਫਿਰਤ ਅਤਿ ਚਿਤ ਚਿਰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਾਤਰੀ ਛੰਦ ਹਕਾਰੈ ਪ੍ਰਚਾਰੈ ਪਰਹਾਰੈ ਕਰਵਾਰੈ ਉਠਾਵੈ ਦਿਖਾਵੈ ਪਰਮਾਵੈ ਚਲਾਵੈ ਸੁਤਾਵੈ ਰਸਾਵੈ ਉਠਾਵੈ ਚਖਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਵਿਰਾਜਮਾਨ ਹੋ ਕੇ ਆਪ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਪਵਿੱਤਰ ਅੰਮ੍ਰਿਤ ਕੀਰਤਨ
ਗੁਰੂ ਕੇ ਪ੍ਰਸਿੱਧ ਕੀਰਤਨੀਆਂ ਪਾਸੋਂ ਸਰਵਨ ਕਰਕੇ ਆਨੰਦ ਮਾਣਿਆ ਹੈ। ਯੁੱਧ ਲੜਾਈ ਦੋਨਾਂ ਦਾ ਇੱਕ ਆਪਣਾ ਆਪਣਾ ਥਾਂ ਹੈ। ਜਦੋਂ ਦੋ ਭਰਾ ਆਪਣੀ ਜਾਇਦਾਦ ਵੰਡਣ ਤੋਂ ਲੜਦੇ ਨੇ ਤਾਂ ਉਸ ਨੂੰ ਕਲੇਸ਼ ਕਹਿੰਦੇ ਹਨ। ਜਦੋਂ ਬਿਰਾਦਰੀਆਂ ਆਪਣੇ ਨਿੱਜੀ ਸਵਾਰਥਾਂ ਲਈ, ਆਪਣੀ ਪ੍ਰਭਤਾ, ਆਪਣੀ ਵਡਿਆਈ ਲਈ ਇੱਕ ਦੂਸਰੇ ਦੇ ਖਿਲਾਫ ਖਲੋ ਜਾਂਦੀਆਂ ਹਨ ਤਾਂ ਲੋਕ ਕਹਿੰਦੇ ਨੇ ਇਹ ਬਿਰਾਦਰੀ ਦਾ ਝਗੜਾ ਹੈ। ਜਿਸ ਵੇਲੇ ਕੋਈ ਮਨੁੱਖ ਆਪਣੀ ਧਰਤੀ ਲਈ, ਆਪਣੀ ਜ਼ਮੀਨ ਵਾਸਤੇ ਦੂਸਰੇ ਨਾਲ ਵਿਰੋਧ ਕਰਦਾ ਹੈ ਤਾਂ ਲੋਕ ਕਹਿੰਦੇ ਨੇ ਇਹ ਜ਼ਮੀਨ ਦਾ ਝਗੜਾ ਹੈ। ਪਰ ਜਿਸ ਵੇਲੇ ਧਰਮ ਦੀ ਰੱਖਿਆ ਲਈ, ਧਰਮ ਦੀ ਪ੍ਰਫੁੱਲਤਾ ਲਈ, ਧਾਰਮਿਕ ਲੋਕਾਂ ਦੀ ਹਿਫਾਜ਼ਤ ਲਈ ਕੋਈ ਲੜਾਈ ਲੜੀ ਜਾਂਦੀ ਹੈ ਤਾਂ ਫਿਰ ਉਸ ਨੂੰ ਧਰਮ ਯੁੱਧ ਕਿਹਾ ਜਾਂਦਾ ਹੈ। ਦੁਨੀਆਂ ਵਿੱਚ ਲੜਾਈਆਂ ਬਹੁਤ ਹੋਈਆਂ ਨੇ, ਹੋਈ ਜਾ ਰਹੀਆਂ ਹਨ। ਹਰ ਲੜਾਈ ਦਾ ਮਨੋਰਥ ਇਹੋ ਹੁੰਦਾ ਹੈ, ਆਪਣੀ ਸ਼ਕਤੀ ਸਥਾਪਨ ਕਰਨ ਲਈ। ਹਕੂਮਤਾਂ ਇੱਕ ਦੂਸਰੇ ਮੁਲਕ ਤੇ ਹਮਲਾ ਕਰਦੀਆਂ ਹਨ। ਹਰ ਬਾਦਸ਼ਾਹ, ਹਰ ਰਾਜਾ ਇਹ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ ਤੇ ਲੋਕ ਉਸਦੇ ਹੁਕਮ ਅੱਗੇ ਸਿਰ ਝੁਕਾਉਣ। ਜਿਹੜੀ ਲੜਾਈ, ਜੋ ਯੁੱਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਆਰੰਭ ਕੀਤਾ ਤੇ ਫਿਰ ਉਹਨਾਂ ਦੇ ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਨੇ, ਜਿਸ ਨੂੰ ਹੋਰ ਵੀ ਵਿਸ਼ਾਲ ਵੱਡੇ ਰੂਪ ਅੰਦਰ ਦੁਸ਼ਮਣ ਦੇ ਨਾਲ ਲੋਹਾ ਲਿਆ, ਉਹਨੂੰ ਧਰਮ ਦੀ ਰੱਖਿਆ ਲਈ, ਧਰਮ ਦੀ ਹਿਫਾਜ਼ਤ ਲਈ, ਧਾਰਮਿਕ ਲੋਕਾਂ ਦੇ ਬਚਾਓ ਵਾਸਤੇ ਕੀਤਾ ਗਿਆ ਯੁੱਧ ਧਰਮ ਯੁੱਧ ਹੈ। ਦਸ਼ਮੇਸ਼ ਪਿਤਾ ਜੀ ਨੇ ਆਪਣੀ ਪਵਿੱਤਰ ਬਾਣੀ ਅੰਦਰ ਜਦੋਂ ਉਹਨਾਂ ਨੇ ਭਾਗਵਤ ਦੀ ਕਥਾ ਦਾ ਇੱਕ ਪੁਰਾਣ ਦੇ ਇੱਕ ਹਿੱਸੇ ਦਾ ਅਨੁਵਾਦ ਕੀਤਾ ਤਾਂ ਉਹਦੇ ਅਖੀਰ ਤੇ ਕਿਸੇ ਹੁਕਮਰਾਨ ਪਾਸੋਂ, ਕਿਸੇ ਸ਼ਾਹੂਕਾਰ ਪਾਸੋਂ, ਕਿਸੇ ਸਮਾਜ ਪਾਸੋਂ ਕੋਈ ਯਾਚਨਾ ਨਹੀਂ ਕੀਤੀ, ਬਲਕਿ ਵਾਹਿਗੁਰੂ ਜੀ ਤੋਂ ਮੰਗ ਮੰਗਦਿਆਂ ਇਹ ਅਰਦਾਸ ਕੀਤੀ ਏ ਜੋ ਸਿੱਖ ਦੇ ਜੀਵਨ ਦਾ ਆਧਾਰ ਵੀ ਹੈ, ਅਵਰ ਬਾਸਨਾ ਨਾਹੀਂ ਪ੍ਰਭ ਧਰਮ ਯੁੱਧ ਕੇ ਚਾਏ, ਵਚਿੱਤਰ ਨਾਟਕ ਦਸਮ ਗ੍ਰੰਥ। ਇਸੇ ਲਈ ਉਹ ਧਰਮ ਦੇ ਯੁੱਧਾਂ ਦੀ ਕਥਾ ਅਤਿਅੰਤ ਪਿਆਰ ਨਾਲ, ਸਤਿਕਾਰ ਦੇ ਨਾਲ ਤੇ ਵਿਸਥਾਰ ਦੇ ਨਾਲ ਵਰਣਨ ਕਰ ਰਹੇ ਨੇ ਔਰ ਵਰਣਨ ਕੀਤੀਆਂ ਹਨ। ਦਸਮ ਗ੍ਰੰਥ ਜੀ ਅੰਦਰ ਜਿਤਨੀਆਂ ਵੀ ਕਥਾਵਾਂ ਆਈਆਂ ਨੇ ਉਹਨਾਂ ਦਾ ਧਰਮ ਨਾਲ ਸੰਬੰਧ